ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤਾ ਜਨੋ ਸਵਾਲ ਜਵਾਬ ਦਾ ਭਾਗ 28 ਅੱਜ ਤੁਹਾਡੇ ਸਨਮੁਖ ਰੱਖਣ ਲੱਗੇ ਹਾਂ ਇਹਦੇ ਵਿੱਚ ਵੀ 10 ਸਵਾਲਾਂ ਦੇ ਜਵਾਬ ਦੇਣ ਦਾ ਯਤਨ ਕੀਤਾ ਗਿਆ ਹੈ ਤੁਹਾਡੇ ਵੱਲੋਂ ਬਹੁਤ ਹੀ ਦਿਲਚਸਪੀ ਦੇ ਨਾਲ ਇਹਨੂੰ ਸੁਣਿਆ ਪਸੰਦ ਕੀਤਾ ਜਾ ਰਿਹਾ ਹੈ ਤੇ ਹੋਰ ਨਵੇਂ ਤੋਂ ਨਵੇਂ ਸਵਾਲ ਲਗਾਤਾਰ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਰਲ ਮਿਲ ਕੇ ਹਰ ਵਾਰੀ 10 ਬਾਲਾਂ ਦੇ ਜਵਾਬ ਦੇਣ ਦਾ ਯਤਨ ਕਰਦੇ ਹਾਂ ਤੇ ਆਪਾਂ ਅੱਜ ਇਸ ਦਾ ਸ਼ੁਰੂਆਤ ਦੇ ਵਿੱਚ ਸਵਾਲ ਨੰਬਰ 281 ਤੋਂ ਸ਼ੁਰੂ ਕਰਦੇ ਹਾਂ ਜੋ ਕਿ ਬੀਬੀ ਦਲਜੀਤ ਕੌਰ ਗੁਰਦਾਸਪੁਰ ਤੋਂ ਇਹਨਾਂ ਦਾ ਸਵਾਲ ਹੈ ਕਿ ਹਰ ਰੋਜ਼ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਕੀ ਇਹ ਮਰਿਆਦਾ ਗੁਰੂ ਸਾਹਿਬ ਨੇ ਬਣਾਈ ਸੀ ਬਿਨਾਂ ਨਾਗਾ ਕੁਝ ਕ ਬਾਣੀਆਂ ਦਾ ਪਾਠ ਕਰੀ ਜਾਣਾ ਤੇ ਇਹਦੇ ਬਾਰੇ ਜਾਣਨਾ ਪਾਇਆ ਜਾਵੇ ਗੁਰੂ ਸਾਹਿਬ ਨੇ ਅਜਿਹੀ ਕੋਈ ਮਰਿਆਦਾ ਨਹੀਂ ਬਣਾ ਕੇ ਦਿੱਤੀ ਇਹ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1945 ਦੇ ਵਿੱਚ ਵਿਦਵਾਨਾਂ ਦੀਆਂ ਟੀਮਾਂ ਤੋਂ ਇਲਾਕੇ ਦੇ ਚਿੱਠੀਆਂ ਪਾ ਕੇ ਵਿਦਵਾਨਾਂ ਤੋਂ ਸਲਾਹ ਲਈ ਅਤੇ ਉਹਨਾਂ ਦੇ ਇਕੱਠ ਕਰਕੇ ਵੀ ਸਲਾਹਾਂ ਲਈਆਂ ਤੇ ਕੋਈ ਚਿੱਠੀ ਰਾਹੀ ਵੀ ਆਪਣੀ ਸਲਾਹ ਦਿੰਦਾ ਸੀ ਜਾਂ ਆ ਕੇ ਮਿਲ ਕੇ ਆਪਣੀ ਸਲਾਹ ਦਿੰਦਾ ਸੀ ਉਹਨਾਂ ਦੀਆਂ ਰਾਏਆਂ ਦੇ ਵਿੱਚੋਂ ਨਿਚੋੜ ਕੱਢ ਕੇ ਇਹਦੇ ਵਿੱਚ ਜਾਦੇ ਕੰਮ ਕੀਤਾ ਪ੍ਰਿੰਸੀਪਲ ਤੇਜਾ ਸਿੰਘ ਨੇ ਜਿਹੜੇ ਕਿ ਜਰਨਲ 77 ਸਨ 77 ਸਨ ਉਸ ਵੇਲੇ ਰਹਿਤ ਮਰਿਆਦਾ ਬਣਾਉਣ ਦੇ ਵਿੱਚ ਉਹਨਾਂ ਨੇ ਇਸ ਰਹਿਤ ਮਰਿਆਦਾ ਨੂੰ 1945 ਚ ਮੁਕੰਮਲ ਕੀਤਾ 1930-31 ਤੋਂ ਲੈ ਕੇ 45 ਤੱਕ 14 ਸਾਲ ਦਾ ਸਮਾਂ ਇਸ ਰਹਿਤ ਮਰਿਆਦਾ ਤੇ ਲੱਗ ਪਿਆ ਕਾਰਨ ਇਹ ਸੀ ਕੇ ਲੋਕੀ ਆਪੋ ਆਪਣੀਆਂ ਮਰਿਆਦਾਵਾਂ ਬਣਾਈ ਫਿਰਦੇ ਸੀ ਸਾਧ ਬਾਬਿਆਂ ਦੀਆਂ ਆਪਣੀਆਂ ਮਰਿਆਦਾਵਾਂ ਡੇਰਿਆਂ ਦੀਆਂ ਟਕਸਾਲਾਂ ਦੀਆਂ ਰਣਧੀਰ ਸਿੰਘ ਦੇ ਜਥੇ ਦੀਆਂ ਅਤੇ ਨਿੰਗ ਸਿੰਘਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਮਰਿਆਦਾਵਾਂ ਸਨ ਉਹਨਾਂ ਨੂੰ ਇੱਕ ਕਰਨ ਵਾਸਤੇ ਕੋਈ ਵਿਚਾਰ ਲਾਰਾ ਕੱਢਿਆ ਗਿਆ ਸੀ ਇਹ ਜਿਹੜੀ ਤੁਸੀਂ ਸਵਾਲ ਕੀਤਾ ਹੈ ਇਹ ਪਾਤਸ਼ਾਹ ਗੁਰੂ ਦੀ ਦਸਵੇਂ ਪਾਤਸ਼ਾਹ ਦੀ ਜਾਂ ਗੁਰੂ ਨਾਨਕ ਦੀ ਬਣਾਈ ਹੋਈ ਰਹਿਤ ਮਰਿਆਦਾ ਨਹੀਂ ਹੈ ਸਿੱਖਾਂ ਵੱਲੋਂ ਇਕ ਸਾਰਤਾ ਲਿਆਉਣ ਵਾਸਤੇ ਬਣਾਈ ਗਈ ਸੀ ਪਰ ਅੱਜ ਜਿਹੜਾ ਮੇਰਾ ਮੰਨਣਾ ਹੈ ਕਿਸੇ ਨੂੰ ਇਹ ਅਤਰਾਜ ਯੋਗ ਵੀ ਲੱਗ ਸਕਦਾ ਹੈ ਨਾ ਮੰਨਣ ਯੋਗ ਵੀ ਲੱਗ ਸਕਦਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਮੰਨੋ ਪਰ ਮੇਰਾ ਮੰਨਣਾ ਹੈ ਇਕੋ ਬਾਣੀ ਨੂੰ ਹਰ ਰੋਜ਼ ਲਗਾਤਾਰ ਪੜ੍ਹੀ ਜਾਣਾ ਸਾਰੀ ਉਮਰ ਉਸੇ ਨੂੰ ਮੁੜ ਮੁੜ ਕੇ ਪੜ੍ਹੀ ਜਾਣਾ ਇਹ ਕੋਈ ਸਿਆਣਪ ਦਾ ਕੰਮ ਨਹੀਂ ਹੈ ਜੇ ਇੱਕ ਬੱਚਾ ਇਕੋ ਪਾਠ ਇਕੋ ਸਬਕ ਰੋਜ਼ਾਨਾ ਪੜ੍ਹਦਾ ਰਹੇ ਉਹ ਅਗਲੀ ਕਲਾਸ ਦੇ ਵਿੱਚ ਨਹੀਂ ਚੜ ਸਕੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਹੈ ਸਾਡੇ ਕੋਲ ਲਿਖੀ ਹੋਈ ਤੇ ਇੰਨੀ ਬਾਣੀ ਤਾਂ ਸਾਰੀ ਉਮਰ ਲੱਗੇ ਰਹੀਏ ਅਸੀਂ ਪੜਨ ਅਤੇ ਸਮਝਣ ਦੇ ਵਿੱਚ ਸਾਰੀ ਉਮਰ ਲੇਖੇ ਲਾ ਸਕਦੇ ਹਾਂ ਪਰ ਸਿੱਖਾਂ ਨੂੰ ਇਹ ਪੜਾ ਦਿੱਤਾ ਗਿਆ ਖੰਡੇ ਕੀ ਪਹਲ ਛਕਾਣ ਵੇਲੇ ਇਹ ਕਹਿ ਦਿੱਤਾ ਗਿਆ ਪੰਜਾਂ ਪਿਆਰਿਆਂ ਵੱਲੋਂ ਅਤੇ ਸਟੇਜਾਂ ਦੇ ਉੱਤੇ ਬਾਰ-ਬਾਰ ਇਹ ਗੱਲ ਦੁਹਰਾ ਦਿੱਤੀ ਗਈ ਦੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੀ ਸਭ ਤੋਂ ਜ਼ਰੂਰੀ ਹੈ ਇਸ ਤਿੰਨ ਬਾਣੀਆਂ ਸਵੇਰੇ ਤੇ ਦੋ ਬਾਣੀਆਂ ਸ਼ਾਮ ਨੂੰ ਤੇ ਸਾਧ ਬਾਬਿਆਂ ਨੇ ਪੰਜ ਬਾਣੀਆਂ ਸਵੇਰੇ ਤੇ ਦੋ ਦੋ ਬਾਣੀਆਂ ਸ਼ਾਮ ਨੂੰ ਇਹ ਵੀ ਪ੍ਰਚਾਰ ਕਰਕੇ ਆਪਣੇ ਸੇਵਕਾਂ ਦੇ ਅੰਦਰ ਗੱਲ ਬਿਠਾ ਦਿੱਤੀ ਹੈ ਤੇ ਉਹਨਾਂ ਨੂੰ ਆਪਣਾ ਇਹ ਨਿਯਮ ਮਨਾ ਦਿੱਤਾ ਹੈ ਤੇ ਇਹ ਹਰ ਰੋਜ਼ ਉਹਨਾਂ ਹੀ ਬਾਣੀਆਂ ਦਾ ਨਿਤਨੇਮ ਕਰਨਾ ਕੋਈ ਜ਼ਰੂਰੀ ਨਹੀਂ ਤੁਸੀਂ ਆਪਣੀ ਖੁਸ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਲੈ ਕੇ ਆਪਣੇ ਘਰਾਂ 'ਚ ਰੱਖੋ ਉਹਨੂੰ ਸਮਝ ਕੇ ਪੜੋ ਅੱਜ ਜਿਹੜਾ ਪਾਠ ਕਰ ਲਿਆ ਉਹਨੂੰ ਸਮਝ ਲਿਆ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਦਾ ਉਪਰਾਲਾ ਕਰੋ ਫਿਰ ਅੱਗੇ ਤੋਂ ਅੱਗੇ ਦੋ ਸ਼ਬਦ ਚਾਰ ਸ਼ਬਦ ਦੋ ਚਾਰ ਪੰਨੇ ਜਿੰਨਾ ਤੁਹਾਡੇ ਕੋਲੇ ਸਮਾਂ ਹੈ ਆਰਾਮ ਦੇ ਨਾਲ ਕੋਈ ਜ਼ਰੂਰੀ ਨਹੀਂ ਸਵੇਰੇ ਜਾਂ ਸ਼ਾਮ ਇਸ਼ਨਾਨ ਕਰਕੇ ਜਾਂ ਇਹੋ ਜਿਹੇ ਕੱਪੜੇ ਪਾ ਕੇ ਕੋਈ ਪਾਬੰਦੀਆਂ ਨਹੀਂ ਹੈਗੀਆਂ ਅੱਜ ਤਾਂ ਤੁਹਾਡੇ ਕੋਲੇ ਮੋਬਾਈਲ ਦੇ ਵਿੱਚ ਇੰਟਰਨੈਟ ਤੇ ਅਤੇ ਸੀੜੀਆਂ ਪੈਨ ਡਰਾਈਵ ਸਾਰੇ ਕਿਤੇ ਗੁਰਬਾਣੀ ਮਿਲ ਜਾਂਦੀ ਹੈ ਇੰਟਰਨੈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਤੁਸੀਂ ਬੜੇ ਆਰਾਮ ਦੇ ਨਾਲ ਜਦੋਂ ਵੀ ਸਮਾਂ ਮਿਲੇ ਪਾਠ ਕਰ ਸਕਦੇ ਹੋ ਬਾਣੀ ਨੂੰ ਸਮਝ ਸਕਦੇ ਹੋ ਨਿਤਨੇਮ ਦਾ ਜਿਹੜਾ ਚੱਕਰ ਹੈ ਘੰਟਾ ਸਵੇਰ ਨੂੰ ਅੱਧਾ ਪੌਣਾ ਘੰਟਾ ਸ਼ਾਮ ਨੂੰ ਇਹਦੇ ਤੋਂ ਨਿਕਲ ਕੇ ਗੁਰਬਾਣੀ ਦਾ ਅਧਿਐਨ ਕਰੋ ਆਪਣੇ ਘਰ ਦੇ ਵਿੱਚ ਚੰਗੀਆਂ ਕਿਤਾਬਾਂ ਦੀ ਛੋਟੀ ਜੀ ਲਾਇਬ੍ਰੇਰੀ ਵੀ ਬਣਾ ਲਓ ਤੇ ਉਹਨਾਂ ਕਿਤਾਬਾਂ ਦੇ ਵਿੱਚੋਂ ਜਿਹੜੇ ਚੰਗੇ ਵਿਦਵਾਨਾਂ ਦੀਆਂ ਲਿਖੀਆਂ ਹੋਣ ਹੋਰ ਸਿੱਖਿਆ ਲੈ ਕੇ ਆਪਣਾ ਮਾਨਸਿਕ ਵਿਕਾਸ ਕਰੋ ਆਪਣੇ ਪਰਿਵਾਰ ਨੂੰ ਹੋਰ ਅੱਗੇ ਵਧਣ ਦੇ ਵਿੱਚ ਗਿਆਨ ਰੂਪੀ ਚਾਬੀ ਲਾਓ ਤੇ ਗਿਆਨ ਦੇ ਰਾਹੀ ਉਹਨਾਂ ਨੂੰ ਅਕਲਵੰਦ ਬਣਾ ਕੇ ਕਾਮਯਾਬ ਇਨਸਾਨ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਓ ਸਵਾਲ ਨੰਬਰ 282 ਇਹ ਵੀ ਬੀਬੀ ਦਲਜੀਤ ਕੌਰ ਜੀ ਦਾ ਹੈ ਇਹਨਾਂ ਨੇ ਸਵਾਲ ਕੀਤਾ ਹੈ ਕੀ ਬਾਣੀ ਪੜਨ ਲੱਗੇ ਸਿਰ ਟਕਣਾ ਜ਼ਰੂਰੀ ਹੈ ਕੰਮ ਕਰਦਿਆਂ ਜੇ ਜ਼ੁਬਾਨੀ ਪਾਠ ਕਰਦੇ ਰਹੀਏ ਤਾਂ ਵੀ ਸਿਰ ਟਕਣਾ ਜ਼ਰੂਰੀ ਹੈ ਗੁਰੂ ਪਿਆਰ ਵਾਲਿਓ ਭੈਣੋ ਤੇ ਭਰਾਵੋ ਨੌਜਵਾਨੋ ਕੁਛ ਇੱਕ ਸਾਡੇ ਸਮਾਜ ਦੀਆਂ ਮਰਿਆਦਾਵਾਂ માં ਬਣਾਈਆਂ ਹੁੰਦੀਆਂ ਨੇ ਤੁਸੀਂ ਪਰਸਨਲ ਤੌਰ ਤੇ ਆਪਣੇ ਘਰ ਦੇ ਵਿੱਚ ਜਿਵੇਂ ਦਿਲ ਚਾਹੇ ਉਸ ਤਰ੍ਹਾਂ ਰਹਿ ਸਕਦੇ ਹੋ ਪਰ ਜਦੋਂ ਸਮਾਜ ਦੇ ਵਿੱਚ ਵਿਚਰੀਏ ਤਾਂ ਸਮਾਜ ਦੇ ਕੁਝ ਨਿਯਮ ਸਾਨੂੰ ਪਾਲਣਾ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਸਰਕਾਰ ਵੱਲੋਂ ਬਣਾਏ ਕੁਝ ਕਾਨੂੰਨ ਹੁੰਦੇ ਨੇ ਜਿਵੇਂ ਉਹਨਾਂ ਦੀ ਪਾਲਣਾ ਆਪਾਂ ਕਰਦੇ ਹਾਂ ਇਸੇ ਤਰ੍ਹਾਂ ਸਮਾਜ ਦੇ ਕੁਝ ਨਿਯਮ ਵੀ ਜ਼ਰੂਰੀ ਨੇ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਗੁਰਦੁਆਰੇ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾ ਕੇ ਆਪਾਂ ਕਦੀ ਬਾਣੀ ਪੜ੍ਹੀਏ ਤਾਂ ਸਿਰ ਢੱਕਣਾ ਲਾਜ਼ਮੀ ਹੋਵੇਗਾ ਇੰਨੇ ਲੋਕਾਂ ਦੀ ਨਾਰਾਜ਼ਗੀ ਸਿਰ ਤੋਂ ਕੱਪੜਾ ਲਾ ਕੇ ਖੱਟਣੀ ਕੋਈ ਸਿਆਣਪ ਨਹੀਂ ਹੋਵੇਗੀ ਤੇ ਗੁਰਦੁਆਰੇ ਚ ਜਾਂ ਸਮਾਜ ਦੇ ਵਿੱਚ ਜੇ ਕਿਤੇ ਬਾਣੀ ਪੜਨ ਦਾ ਸਮਾਂ ਮਿਲੇ ਤਾਂ ਸਿਰ ਢੱਕਣਾ ਜ਼ਰੂਰੀ ਹੈ ਆਪਣੇ ਘਰ ਦੇ ਵਿੱਚ ਤੁਸੀਂ ਕਿਵੇਂ ਬਾਣੀ ਪੜਦੇ ਹੋ ਕਿਸੇ ਨੂੰ ਇਹਦੇ ਨਾਲ ਕੋਈ ਸਰੋਕਾਰ ਨਹੀਂ ਇਹ ਤੁਹਾਡਾ ਪਰਸਨਲ ਮਾਮਲਾ ਹੈ ਇੱਥੇ ਤਾਂ ਹੁਣ ਗੁਰਬਾਣੀ ਚ ਇਹ ਵੀ ਲਿਖਿਆ ਹੋਇਆ ਹੈ ਊਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਹੁਣ ਕਿਹੜਾ ਬੰਦਾ ਜਿਹੜਾ ਉੱਠਦੇ ਆਂ ਬੈਹਂਦੇ ਆਂ ਸੌਂਦੇ ਆਂ ਜਾਗਦੇ ਆਂ ਰੱਬ ਦਾ ਨਾਮ ਸਿਮਰਨ ਕਰ ਸਕਦਾ ਉਹ ਭਾਵਨਾ ਹੈ ਕਿ ਤੁਸੀਂ ਨਿਰੰਕਾਰ ਦੇ ਹੁਕਮ ਨੂੰ ਉਹਦੇ ਨਿਯਮ ਨੂੰ ਚੰਗੀ ਤਰ੍ਹਾਂ ਜ਼ਿੰਦਗੀ 'ਚ ਲਾਗੂ ਕਰੋ ਜਿਹੜਾ ਵੀ ਕੰਮ ਕਰੋ ਉਸ ਢੰਗ ਨਾਲ ਸਿਆਣਪ ਨਾਲ ਕਰੋ ਤਾਂ ਕਿ ਤੁਹਾਨੂੰ ਮੁਸੀਬਤਾਂ ਤੋਂ ਮੁਸ਼ਕਲਾਂ ਤੋਂ ਖੜਾ ਛੁੱਟ ਜਾਵੇ ਤੁਹਾਡੇ ਤੇ ਕੋਈ ਅਚਨਚੇਤੀਆਂ ਘਟਨਾਵਾਂ ਘਟ ਤੋਂ ਘਟ ਵਾਪਰਨ ਤਾਂ ਕਿ ਤੁਸੀਂ ਪਹਿਲਾਂ ਹੀ ਹਾਲਾਤ ਨਾਲ ਟੱਕਰ ਲੈਣ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਸਕੋ ਸਿਆਣਪ ਦੇ ਨਾਲ ਦੁੱਖਾਂ ਕਲੇਸ਼ਾਂ ਤੋਂ ਤੁਸੀਂ ਬਚ ਸਕੋ ਇਹ ਸਿੱਖਿਆ ਹੈ ਗੁਰਬਾਣੀ ਦੀ ਇਹ ਤਾਂ ਜਿਹੜਾ ਸਿਰ ਟਕਣਾ ਕਿ ਨਹੀਂ ਟਕਣਾ ਚੌਂਕੜਾ ਮਾਰਨਾ ਕਿ ਅੱਖਾਂ ਮੀਟਣੀਆਂ ਕੀ ਕਰਨਾ ਇਹ ਤਾਂ ਲੋਕਾਂ ਦੇ ਅੰਦਰੂਨੀ ਮਾਮਲੇ ਨੇ ਇਹ ਕਿਸੇ ਦਾ ਕਿਵੇਂ ਦਿਲ ਕਰਦਾ ਇਹ ਉਹਦਾ ਪਰਸਨਲ ਮਾਮਲਾ ਹੋ ਸਕਦਾ ਹੈ ਪਰਾ ਸਿਰ ਟਕਣ ਵਾਲੀ ਜਿਹੜੀ ਗੱਲ ਹੈ ਇਹ ਸਮਾਜ ਦੀ ਬਣਤਰ ਹੈ ਜੇ ਕਿਸੇ ਬੰਦੇ ਨੇ ਆਪਣੇ ਘਰ ਦੇ ਵਿੱਚ ਸਿਰ ਨਹੀਂ ਟਕਿਆ ਬਾਣੀ ਪੜਨ ਲੱਪਿਆ ਤਾਂ ਇਹਦੇ ਨਾਲ ਕੋਈ ਪਾਪ ਨਹੀਂ ਲੱਗਿਆ ਇਹ ਤੁਹਾਡਾ ਅੰਦਰੂਨੀ ਮਸਲਾ ਹੈ ਲੋਕਾਂ ਨਾਲ ਇਹਨੂੰ ਸਾਂਝਾ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਕਈ ਬਿਮਾਰ ਹੋ ਸਕਦੇ ਨੇ ਉਹ ਲੰਮੇ ਪਏ ਹੀ ਬਾਣੀ ਪੜਦੇ ਨੇ ਜਾਂ ਉਹਨਾਂ ਨੂੰ ਇਸ਼ਨਾਨ ਨਹੀਂ ਕਰ ਸਕਦੇ ਬਿਨਾ ਇਸ਼ਨਾਨ ਤੋਂ ਬਾਣੀ ਪੜਦੇ ਨੇ ਕੀ ਆਪਾਂ ਉਹਨਾਂ ਨੂੰ ਰੋਕ ਦੇਵਾਂਗੇ ਤੇ ਕਿੰਨੇ ਸਾਰੇ ਸਾਡੇ ਭੈਣ ਭਰਾ ਜਿਹੜੇ ਕਿ ਮਜ਼ਦੂਰੀ ਵਰਗੇ ਕੰਮ ਕਰਦੇ ਨੇ ਲਿਬੜੇ ਤਿਬੜੇ ਹੁੰਦੇ ਨੇ ਉਹ ਹੱਥ ਵੀ ਮੁਸ਼ਕਲ ਐ ਉਹਨਾਂ ਨੂੰ ਧੋਣੇ ਤੇ ਲਿਬੜੇ ਤਿਬੜੇ ਵੀ ਜੇ ਉਹ ਬਾਣੀ ਦੀ ਕੋਈ ਪੰਗਤੀ ਪੜ੍ਹਦੇ ਨੇ ਤਾਂ ਵੀ ਉਹ ਕਿਹੜਾ ਕੋਈ ਮਾੜਾ ਕੰਮ ਕਰਦੇ ਨੇ ਉਹ ਤਾਂ ਚੰਗੀ ਗੱਲ ਐ ਕਿ ਹਰ ਹਾਲਤ ਦੇ ਵਿੱਚ ਉਹ ਗੁਰਬਾਣੀ ਨਾਲ ਜੁੜੇ ਹੋਏ ਨੇ ਤੇ ਜ਼ਿਆਦਾ ਜ਼ਰੂਰੀ ਐ ਗੁਰਬਾਣੀ ਪੜ੍ਹ ਕੇ ਆਪਣੀ ਜ਼ਿੰਦਗੀ 'ਚ ਚੰਗੇ ਇਨਸਾਨ ਬਣ ਕੇ ਨਮੂਨਾ ਪੇਸ਼ ਕਰਨਾ ਚੰਗੇ ਸੁਭਾਅ ਵਾਲੇ ਬਣਨਾ ਸਮਾਜ ਦੇ ਵਾਸਤੇ ਪਰਉਪਕਾਰ ਕਰਨੇ ਨੇਕੀ ਕਰਨੀ ਇੱਕ ਗੁਰੂ ਕੇ ਸਿੱਖ ਦਾ ਮਾਡਲ ਪੇਸ਼ ਕਰਨਾ ਕਿ ਗੁਰੂ ਕੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਨੇ ਜਿਆਦਾ ਜ਼ਰੂਰੀ ਇਹ ਚੀਜ਼ਾਂ ਹੁੰਦੀਆਂ ਨੇ ਬਾਕੀ ਸਿਰ ਢੱਕਣਾ ਹੈ ਕਿ ਨਹੀਂ ਢੱਕਣਾ ਗੁਰੂ ਗੁਰਦੁਆਰੇ ਜਾਣ ਲੱਗੇ ਜੋੜਾ ਕਿੰਨੀ ਦੂਰੋਂ ਤਾਰਨਾ ਹੈ ਜੇ ਨੰਗੇ ਪੈਰੀ ਚੱਲਣਾ ਹੈ ਕਿ ਨਹੀਂ ਚੱਲਣਾ ਕਿੰਨੇ ਲੋਕ ਨੇ ਜਿਹੜੇ ਆਪਣੇ ਘਰ ਤੋਂ ਲੈ ਕੇ ਗੁਰਦੁਆਰੇ ਤੱਕ ਨੰਗੇ ਪੈਰੀ ਜਾਂਦੇ ਨੇ ਇਹ ਕੋਈ ਮਰਿਆਦਾਵਾਂ ਨਹੀਂ ਹੈਗੀਆਂ ਇਹ ਤਾਂ ਆਪੋ ਆਪਣੀਆਂ ਬਣਾਈਆਂ ਮੰਤਾਵਾਂ ਨੇ ਇਹ ਕਈਆਂ ਦੇ ਮਨ ਦੇ ਵਿੱਚ ਅਜਿਹਾ ਵਿਸ਼ਵਾਸ ਬਣਿਆ ਹੁੰਦਾ ਹੈ ਕਿ ਜੇ ਮੈਂ ਨੰਗੇ ਪੈਰੀਂ ਜਾਵਾਂ ਤਾਂ ਮੇਰੇ ਜਾਦੇ ਕਾਰਜ ਪੂਰੇ ਹੋ ਜਾਣਗੇ ਜਦੋਂ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਇਹ ਕੇਵਲ ਮਨ ਦੇ ਭਰਮ ਨੇ ਇਸੇ ਤਰ੍ਹਾਂ ਸਿਰ ਨੰਗਾ ਰੱਖਣ ਨਾਲ ਜਾਂ ਸਿਰ ਢੱਕਣ ਦੇ ਨਾਲ ਰੱਬ ਦਾ ਖੁਸ਼ ਹੋਣਾ ਜਾਂ ਨਰਾਜ਼ ਹੋਣਾ ਇਹਦਾ ਕੋਈ ਮਹੱਤਵ ਨਹੀਂ ਹੈ ਇਹ ਸਮਾਜਿਕ ਤਾਣੇ ਬਾਣੇ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰਨਾ ਹੁੰਦਾ ਹੈ ਕਿ ਸਾਡੇ ਸਮਾਜ 'ਚ ਸਿਰ ਢੱਕ ਕੇ ਬਾਣੀ ਪੜਨ ਦੀ ਪਰੰਪਰਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਜ਼ਰੂਰੀ ਹੈ ਸਵਾਲ ਨੰਬਰ 283 ਇਹ ਵੀ ਬੀਬੀ ਦਲਜੀਤ ਕੌਰ ਦਾ ਹੈ ਇਹਨਾਂ ਦਾ ਸਵਾਲ ਹੈ ਕੰਗਾ ਕਰਦੇ ਸਮੇਂ ਜੋ ਵਾਲ ਸਿਰ ਦੇ ਵਿੱਚੋਂ ਨਿਕਲ ਜਾਂਦੇ ਨੇ ਕੀ ਉਹਨਾਂ ਦਾ ਸਸਕਾਰ ਕਰਨਾ ਜ਼ਰੂਰੀ ਹੈ ਜੇ ਵਾਲਾਂ ਨੂੰ ਡਸਟਬਿਨ 'ਚ ਪਾ ਦਈਏ ਤਾਂ ਕੀ ਬੇਅਦਬੀ ਹੋ ਜਾਂਦੀ ਹੈ ਅਜਿਹਾ ਕੁਝ ਵੀ ਨਹੀਂ ਹੈ ਜਿਵੇਂ ਅਸੀਂ ਮਰੇ ਇਨਸਾਨ ਦੇ ਸਰੀਰ ਨੂੰ ਚਾਹੇ ਬਿਜਲੀ ਨਾਲ ਸਾੜ ਦਈਏ ਤੇ ਚਾਹੇ ਉਹਨੂੰ ਅੱਗ ਨਾਲ ਸਾੜ ਦਈਏ ਚਾਹੇ ਧਰਤੀ 'ਚ ਦੱਬ ਦਈਏ ਚਾਹੇ ਉਹਨੂੰ ਦਰਿਆ 'ਚ ਰੋੜ ਦਈਏ ਉਹਦਾ ਕੁਝ ਵੀ ਨਹੀਂ ਹੁੰਦਾ ਇਹ ਤਾਂ ਉਸ ਪਰਿਵਾਰ ਨੇ ਆਪਣੀ ਇੱਜ਼ਤ ਵਾਸਤੇ ਜਾਂ ਸਮਾਜ ਦੀ ਬਣਤਰ ਨੂੰ ਬਰਕਰਾਰ ਰੱਖਣ ਵਾਸਤੇ ਤਾਂ ਕਿ ਸਾਡਾ ਕਿਤੇ ਕੋਈ અપਮਾਨ ਨਾ ਹੋਵੇ ਸਾਨੂੰ ਕੋਈ ਤਾਨੇ ਨਾ ਮਾਰੇ ਉਸ ਮਰਦਾ ਸਰੀਰ ਨੂੰ ਕਿਤੇ ਲੇਖੇ ਲਾਉਣਾ ਹੁੰਦਾ ਤੇ ਇਸੇ ਤਰ੍ਹਾਂ ਜੇ ਜਿਹੜੇ ਸਿਰ ਦੇ ਵਾਲ ਨੇ ਇਹ ਸਿਰ 'ਚੋਂ ਜਦੋਂ ਨਿਕਲ ਹੀ ਗਏ ਨੇ ਇਹ ਮਰਦਾ ਵਾਲ ਨੇ ਇਹਨਾਂ ਨੂੰ ਵੀ ਕਿਸੇ ਵੀ ਤਰੀਕੇ ਲੇਖੇ ਲਾਇਆ ਜਾ ਸਕਦਾ ਇਹਨਾਂ ਨੂੰ ਸੰਸਕਾਰ ਕਰਨ ਦਾ ਪਖੰਡ ਹੈ ਜਿਹੜਾ ਇਹ ਸਾਧਵਾਦੀਆਂ ਨੇ ਸਾਡੇ ਮੱਥੇ ਮੜਿਆ ਇਹਨਾਂ ਦਾ ਸੰਸਕਾਰ ਕਰਨ ਵਾਲੀ ਕੋਈ ਪਰੰਪਰਾ ਕਿਸੇ ਪ੍ਰਾਤਨ ਕਿਤਾਬ ਦੇ ਵਿੱਚ ਜਾਂ ਗੁਰੂ ਵੱਲੋਂ ਬਾਣੀ ਦੇ ਵਿੱਚ ਕਿਤੇ ਲਿਖੀ ਨਹੀਂ ਮਿਲਦੀ ਇਹਨਾਂ ਨੇ ਗੁਰਬਾਣੀ ਪੜਨ ਤੋਂ ਰੋਕ ਕੇ ਸਾਨੂੰ ਇੰਨੇ ਅਡੰਬਰ ਰਚ ਕੇ ਉਲਝਾ ਦਿੱਤਾ ਅਸੀਂ ਇਹ ਸਾਰੇ ਕੰਮ ਕਰਦਿਆਂ ਕਰਦਿਆਂ ਗੁਰਬਾਣੀ ਨੂੰ ਭੁੱਲੀ ਗਏ ਤੇ ਸਾਰੀ ਮਰਿਆਦਾ ਇਹਨਾਂ ਕੰਮਾਂ ਤੇ ਹੀ ਖਰਚ ਹੋ ਗਈ ਸਾਰਾ ਵਕਤ ਇਹਨਾਂ ਮਰਿਆਦਾਵਾਂ ਤੇ ਖਰਚ ਹੋ ਗਿਆ ਇਸ ਕਰਕੇ ਬਾਲਾਂ ਦਾ ਸੰਸਕਾਰ ਕਰਨ ਦੀ ਕੋਈ ਪਰੰਪਰਾ ਕਿਤੇ ਨਹੀਂ ਹੈ ਤੁਸੀਂ ਡਸਟ ਬਿਨ ਚ ਪਾ ਸਕਦੇ ਹੋ ਕੋਈ ਪਾਪ ਨਹੀਂ ਹੈ ਧਿਆਨ ਇਹ ਰੱਖਣਾ ਹੁੰਦਾ ਕਿ ਇਹ ਵਾਲ ਉੜ ਕੇ ਕਿਉਂਕਿ ਵਾਲ ਖੇਤੀ ਕੀਤੇ ਗਲਦੇ ਨਹੀਂ ਹਨ ਤਾਂ ਕਿਤੇ ਕੋਈ ਸਾਡੇ ਇਨਸਾਨਾਂ ਦੇ ਅੰਦਰ ਨਾ ਚਲਾ ਜਾਵੇ ਵਾਲ ਇਹਨੂੰ ਬਚਾ ਕਰਨਾ ਹੈ ਕਿਤੇ ਸਾਡੇ ਘਰ ਜਿਹੜੇ ਪਾਲਤੂ ਜਾਨਵਰ ਨੇ ਗਾਵਾਂ ਮੱਝਾਂ ਆਦਿਕ ਨੇ ਇੱਧਰ ਉੱਧਰ ਨੇ ਉਹਨਾਂ ਦੇ ਅੰਦਰ ਨਾ ਜਾਣ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਇਸ ਕਰਕੇ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਹੋਰ ਪਾਪ ਪੁੰਨ ਵਾਲੀ ਕੋਈ ਵੀ ਗੱਲ ਇਹਦੇ 'ਚ ਨਹੀਂ ਹੈ ਸੋ ਜਿਵੇਂ ਤੁਹਾਡਾ ਦਿਲ ਕਰੇ ਇਹਨਾਂ ਵਾਲਾਂ ਨੂੰ ਤੁਸੀਂ ਲੇਖੇ ਲਾ ਸਕਦੇ ਹੋ ਤੇ ਇਹਦਾ ਜਿਹੜੀ ਕਿਸੇ ਮਰਿਆਦਾ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਇਹ ਤੁਹਾਡਾ ਪਰਸਨਲ ਮਾਮਲਾ ਹੈ ਸਵਾਲ ਨੰਬਰ 284 ਭਾਈ ترਸੀਮ ਸਿੰਘ ਜਲੰਧਰ ਤੋਂ ਇਹਨਾਂ ਦਾ ਸਵਾਲ ਹੈ ਬਾਬਰ ਦੀ ਕੈਦ ਵਿੱਚ ਗੁਰੂ ਨਾਨਕ ਦਾ ਕਰਾਮਾਤੀ ਸ਼ਕਤੀ ਨਾਲ ਚੱਕੀਆਂ ਚਲਾਉਣਾ ਕੀ ਇਹ ਸਹੀ ਹੈ ਇੱਥੇ ਧਿਆਨ ਦੇਣ ਦੀ ਲੋੜ ਹੈ ਜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਜਦੋਂ ਬਾਬਰ ਨੇ ਹਮਲਾ ਕੀਤਾ ਭਾਰਤ ਤੇ ਕੀ ਉਹਨਾਂ ਦਾ ਜਿਹੜਾ ਕਿ ਬਾਹਰਲੇ ਦੇਸ਼ ਚੋਂ ਹਮਲਾਵਰ ਹੋ ਕੇ ਆਇਆ ਹੈ ਕੀ ਚੱਕੀਆਂ ਉਹ ਨਾਲ ਲੈ ਕੇ ਆਇਆ ਸੀ ਇੰਨੀਆਂ ਕੀ ਇੱਥੇ ਭਾਰਤ ਦੇ ਵਿੱਚ ਇੰਨੀਆਂ ਚੱਕੀਆਂ ਪਈਆਂ ਸੀ ਕਿ ਫਟਾਫਟ ਉਹਨਾਂ ਚੱਕੀਆਂ ਨੂੰ ਲਿਆ ਕੇ ਬਾਬਰ ਨੇ ਰੱਖ ਲਿਆ ਤੇ ਆਪਣੇ ਕੈਦੀਆਂ ਤੋਂ ਚੱਕੀਆਂ ਚਲਾ ਕੇ ਅੰਨ ਦਾਣਾ ਪੀਸ ਕੇ ਆਟਾ ਤਿਆਰ ਕਰਕੇ ਆਪਣੀ ਫੌਜ ਵਾਸਤੇ ਖਾਣਾ ਬਣਾਉਣ ਦਾ ਹੁਕਮ ਦੇ ਦਿੱਤਾ ਕੀ ਏਡੀ ਖੇਤੀ ਅਸੰਭਵ ਹੈ ਉਹਨਾਂ ਜ਼ਮਾਨਿਆਂ 'ਚ ਪਰ ਕਹਾਣੀਕਾਰਾਂ ਨੇ ਅਜਿਹੀਆਂ ਕਹਾਣੀਆਂ ਸਾਡੇ ਮੱਥੇ ਮੜ ਦਿਤੀਆਂ ਗੁਰੂ ਨਾਨਕ ਸਾਹਿਬ ਤੋਂ ਕਰਾਮਾਤੀ ਸ਼ਕਤੀ ਨਾਲ ਚੱਕੀਆਂ ਚਲਾ ਦਿਤੀਆਂ ਅੱਜ ਕੱਲ ਤਾਂ ਬਾਜ਼ਾਰ ਦੇ ਵਿੱਚ ਇਹ ਰਿਮੋਟ ਕੰਟਰੋਲ ਦੇ ਨਾਲ ਚੱਲਣ ਵਾਲੀਆਂ ਚੱਕੀਆਂ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਚੱਕੀਆਂ ਆਮ ਮਿਲ ਜਾਂਦੀਆਂ ਨੇ ਤੇ ਤਰ੍ਹਾਂ-ਤਰ੍ਹਾਂ ਦੀਆਂ ਰੌਸ਼ਨਾਂ ਨਿਕਲੀਆਂ ਨੇ ਬਾਬਾ ਨਾਨਕ ਦੀ ਉੱਤੇ ਫੋਟੋ ਬਣੀ ਹੋਈ ਹੈ ਤੇ ਲੋਕੀ ਇਹ ਜੇ ਖਿਲਾਉਣੇ ਆਪਣੇ ਘਰਾਂ ਚ ਲੈ ਜਾਂਦੇ ਨੇ ਤੇ ਸਮਝਦੇ ਨੇ ਕਿ ਬਾਬੇ ਨਾਨਕ ਨੇ ਵੀ ਇਸ ਤਰ੍ਹਾਂ ਹੀ ਖੇਡ ਕੀਤੀ ਹੋਣੀ ਹੈ ਕੋਈ ਜਿਵੇਂ ਇਹ ਬਣਾਈ ਬੈਠੇ ਆ ਪਰ ਗੁਰੂ ਪਿਆਰ ਵਾਲਿਓ ਜੇ ਕਰਾਮਾਤੀ ਸ਼ਕਤੀ ਕੋਈ ਹੁੰਦੀ ਇਹੋ ਜੀ ਤਾਂ ਗੁਰੂ ਨਾਨਕ ਨੂੰ ਚੱਕੀਆਂ ਚਲਾਉਣ ਵਾਸਤੇ ਉਹ ਸ਼ਕਤੀ ਦੀ ਵਰਤੋਂ ਨਾ ਕਰਦੇ ਬਲਕਿ ਬਾਬਰ ਦਾ ਦਿਮਾਗ ਘੁਮਾ ਕੇ ਉਹਨੂੰ ਜ਼ਾਲਮ ਬਾਦਸ਼ਾਹ ਤੋਂ ਬਦਲ ਕੇ ਪਰਉਪਕਾਰੀ ਇਨਸਾਨ ਬਣਾ ਦਿੰਦੇ ਤਾਂ ਕਿ ਇੱਥੇ ਹੁੰਦੇ ਲੋਕਾਂ ਨਾਲ ਉਹ ਮੰਦਾਬਿਹਾਰ ਨਾ ਕਰਦਾ ਕਤਲੋਗਾਰਤ ਨਾ ਕਰਦਾ ਪਰਉਪਕਾਰ ਦੀ ਭਾਵਨਾ ਨਾਲ ਨਾਲ ਸਾਰੇ ਲੋਕਾਂ ਤੇ ਰਾਜ ਕਰਦਾ ਤੇ ਜਾਂ ਫਿਰ ਗੁਰਨਾਨਕ ਸਾਹਿਬ ਕਰਾਮਾਤੀ ਸ਼ਕਤੀ ਵਰਤ ਕੇ ਬਾਬਰ ਨੂੰ ਵਾਪਸ ਮੁੜਨ ਤੇ ਮਜਬੂਰ ਕਰਨ ਦੇ ਉਹ ਇਸ ਦੇਸ਼ ਦੇ ਉੱਤੇ ਰਾਜਕਾਰੀ ਨਾ ਸਕਦਾ ਪਰ ਇਹਨਾਂ ਪੁਜਾਰੀਆਂ ਨੇ ਸਾਡੇ ਅੰਦਰ ਜੋ ਸੂਝ ਸਿਆਣਪ ਹੈ ਉਹ ਪੈਦਾ ਨਹੀਂ ਹੋਣ ਦੇਣੀ ਉਲਝਾ ਕੇ ਰੱਖ ਦੇਣਾ ਜਿਸ ਬਾਬਰ ਦੇ ਉਸ ਹਮਲੇ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਚਾਰ ਸ਼ਬਦ ਉਚਾਰਨ ਕੀਤੇ ਨੇ ਜਿਹਨੂੰ ਬਾਬਰ ਬਾਣੀ ਕਰਕੇ ਆਖਿਆ ਜਾਂਦਾ ਹੈ ਤੇ ਉਹਦੇ ਵਿੱਚ ਤਾਂ ਪਾਪ ਕੀ ਜੰਜਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨਵੇ ਲਾਲੋ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੈ ਪ੍ਰਧਾਨਵੇ ਲਾਲੋ ਇੱਥੇ ਤਾਂ ਗੁਰੂ ਨਾਨਕ ਸਾਹਿਬ ਨੇ ਪਾਪ ਜ਼ੁਲਮ ਕਤਲੋਗਾਰਤ ਔਰਤਾਂ ਦਾ અપਮਾਨ ਤੇ ਬਹੁਤ ਕੁਝ ਇਥੇ ਜਿਹੜਾ ਵਾਪਰਿਆ ਉਹ ਸਾਰਾ ਇਹਨਾਂ ਚਾਰ ਸ਼ਬਦਾਂ ਚ ਬਿਆਨ ਕੀਤਾ ਹੈ ਜੇ ਕੋਈ ਕਰਾਮਾਤੀ ਸ਼ਕਤੀਆਂ ਹੁੰਦੀਆਂ ਤਾਂ ਗੁਰਨਾਨਕ ਸਾਹਿਬ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਬਾਬਰ ਨੂੰ ਉਹ ਸਾਰੇ ਜ਼ੁਲਮ ਕਰਨ ਤੋਂ ਰੋਕ ਦਿੰਦੇ ਤੇ ਲੋਕਾਂ ਦਾ ਘਾਣ ਹੋਣ ਤੋਂ ਬਚਾ ਲੈਂਦੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਕਰਦਾ ਇਹ ਤਾਂ ਸਿੱਖਾਂ ਨੂੰ ਬੇਵਕੂ ਬਣਾ ਕੇ ਸਾਧਾ ਸੰਤਾਂ ਨੇ ਆਪਣੇ ਪਿਛਲਗ ਬਣਾਇਆ ਸਿੱਖਾਂ ਦੇ ਅੰਦਰੋਂ ਸਿਆਣਪ ਵੀ ਖਤਮ ਕਰ ਦਿੱਤੀ ਸਿੱਖਾਂ ਦੇ ਅੰਦਰੋਂ ਕ੍ਰਾਂਤੀਕਾਰੀ ਸੁਭਾਅ ਵੀ ਖਤਮ ਕਰ ਦਿੱਤਾ ਸਿੱਖ ਉਂਝ ਤੇ ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਨੇ ਪਰ ਮਰ ਕੀ ਦੇ ਵਾਸਤੇ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਦੇ ਪਿਛਲੱਗ ਬਣ ਰਹੇ ਨੇ ਤਾਂ ਕਿਉਂ ਬਣ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਕਿਸੇ ਸਾਧ ਦਾ ਚੇਲਾ ਕੋਈ ਕਿਸੇ ਡੇਰੇ ਦੇ ਪਿੱਛੇ ਕੋਈ ਕਿਸੇ ਟਕਸਾਲ ਦਾ ਚੇਲਾ ਇਸ ਤਰ੍ਹਾਂ ਵੱਖੋ-ਵੱਖਰੀਆਂ ਮਰਿਆਦਾਵਾਂ 'ਚ ਵੱਖੋ-ਵੱਖਰੇ ਡੇਰਿਆਂ 'ਚ ਬੰਡੇ ਗਏ ਨੇ ਸਿੱਖਾਂ ਦੀ ਤਾਕਤ ਬਹੁਤ ਕਮਜ਼ੋਰ ਪੈ ਗਈ ਹੈ ਸਿਆਣਪ ਬਹੁਤ ਘਟ ਗਈ ਹੈ ਬਹਾਦਰੀ ਵਾਲਾ ਪੱਖ ਬਹੁਤ ਕਮਜ਼ੋਰ ਪੈ ਗਿਆ ਇਕਤਾ ਦੇ ਸੂਤਰ ਵਿੱਚ ਰਹੇ ਕੋਈ ਨਹੀਂ ਕਰਾਮਾਤੀ ਕਹਾਣੀਆਂ ਸਾਡੇ ਦਿਮਾਗ ਚ ਪਾ ਦਿੱਤੀਆਂ ਨੇ ਅੱਜ ਵੀ ਬੈਠੇ ਅਸੀਂ ਸੋਚਦੇ ਹਾਂ ਕਿ ਕੋਈ ਕਰਾਮਾਤ ਵਾਪਰੇਗੀ ਬਾਬਾ ਨਾਨਕ ਦੁਆਰਾ ਸਾਡੇ بگੜੇ ਕਾਰਜ ਸਾਰੇ ਅਰਾਸ ਕਰ ਦੇਵੇਗਾ ਅਜਿਹੀ ਕੋਈ ਕਰਾਮਾਤ ਨਹੀਂ ਜਿਹਦੇ ਨਾਲ ਚੱਕੀਆਂ ਚੱਲ ਪੈਣ ਜਾਂ ਹੋਰ ਅਜਿਹੇ ਬਹੁਤ ਜਿਹੜੇ ਨੇ ਕਰਮकांड ਸਾਖੀਆਂ ਚ ਸੁਣਾਏ ਜਾਂਦੇ ਨੇ ਪਖੰਡ ਕਰਾਮਾਤਾਂ ਸਾਨੂੰ ਸੁਣਾਈਆਂ ਜਾਂਦੀਆਂ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਕੋਈ ਬੁਖਤ ਨਹੀਂ ਉਹ ਕਿਤੇ ਨਹੀਂ ਵਾਪਰਦੀਆਂ ਅਸਲ ਕਰਾਮਾਤ ਹੈ ਕਿ ਏਡੀ ਵੱਡੀ ਹਕੂਮਤ ਨਾਲ ਟੱਕਰ ਲੈਣੀ ਹਕੂਮਤ ਦੇ ਤਖਤੇ ਪਲਟ ਦੇਣੇ ਲੋਕਾਂ ਦੇ ਵਿੱਚ ਹਿੰਮਤ ਹੌਸਲਾ ਭਰ ਦੇਣਾ ਪਸ਼ੂਆਂ ਵਰਗੇ ਇਨਸਾਨਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਵਾ ਦੇਣਾ ਇਹ ਚੀਜ਼ਾਂ ਪਲਾ ਕੇ ਸਾਨੂੰ ਕਰਾਮਾਤਾਂ ਦੇ ਵਿੱਚ ਡੋਬ ਦਿੱਤਾ ਗਿਆ ਇਹਨਾਂ ਕਰਾਮਾਤੀ ਕਹਾਣੀਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਇਹਨਾਂ ਦੀ ਕੋਈ ਹیثیت ਕੋਈ ਕੀਮਤ ਨਹੀਂ ਹੈ ਸਵਾਲ ਨੰਬਰ 285 ਭਾਈ ਦਿਲਪ੍ਰੀਤ ਸਿੰਘ ਜਲੰਧਰ ਇਹਨਾਂ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1390 ਦਾ ਹਵਾਲਾ ਦੇ ਕੇ ਨਾਮਧਾਰੀਆਂ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਜੋ ਬੋਲਿਆ ਹੈ ਕੇ ਸਿੱਖ ਤਾਂ ਦੇਵੀ ਦੇਵਤਿਆਂ ਨੂੰ ਮੰਨਦੇ ਨੇ ਗੁਰੂ ਸਾਹਿਬਾਨ ਨੇ ਦੇਵੀ ਦੇਵਤਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਨੇ 1390 ਪੰਨੇ ਤੇ ਭੱਟਾਂ ਦੇ ਸਵਈਆਂ ਦੇ ਵਿੱਚੋਂ ਹਵਾਲਾ ਪਈ ਦਿੱਤਾ ਸਤਿਯੁਗਤਾ ਮਾਣਿਓ ਤ੍ਰੇਤਾ ਤਾ ਮਾਣਿਓ ਆਦਿਕ ਦਾ ਹਵਾਲਾ ਦੇ ਕੇ ਜਦੋਂ 5 ਅਗਸਤ ਨੂੰ ਮੋਦੀ ਜੀ ਨੇ ਆਰਾਮ ਮੰਦਰ ਦਾ ਉਦਘਾਟਨ ਕੀਤਾ ਨਹੀਂ ਪੱਥਰ ਰੱਖਿਆ ਆਰਾਮ ਮੰਦਰ ਦਾ ਉਸ ਵੇਲੇ ਇਹ ਚਰਚਾ ਬਹੁਤ ਚੱਲੀ ਸੀ ਤੇ ਇਹ ਉਹਨਾਂ ਨੇ ਪੂਰਾ ਸ਼ਬਦ ਲਿਖ ਕੇ ਮੇਰੇ ਕੋਲੇ ਭੇਜਿਆ ਸੀ ਭੱਟਾਂ ਦਾ ਕਿ ਇਹਦੇ ਬਾਰੇ ਜ਼ਰੂਰ ਜਵਾਬ ਦਿਓ ਇੱਥੇ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਪਹਿਲੀ ਗਲਤੀ ਜਦੋਂ ਗੁਰਬਾਣੀ ਲਿਖੀ ਗਈ ਹੈ ਉਹਦੇ ਸ਼ੁਰੂ ਦੇ ਵਿੱਚ ਇੱਕ ਦਾ बार-बार ਹਵਾਲਾ ਦਿੱਤਾ ਹੈ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਹਾਂ ਇੱਕੋ ਨੂੰ ਮੰਨਦੇ ਹਾਂ ਤੇ ਇੱਕੋ ਵਾਰੀ ਇਹ ਜਿਹੜਾ ਸੰਖੇਪ ਦੇ ਵਿੱਚ ਮੰਗਲਾ ਚਰਨ ਹਰ ਬਾਣੀ ਦੇ ਸ਼ੁਰੂ ਦੇ ਹਾਦ ਦੇ ਵਿੱਚ ਲਿਖਿਆ ਹੋਇਆ ਹੈ ਇਥੇ ਬਾਰ ਬਾਰ ਕੀਤਾ ਕਰਾਉਂਦੇ ਨੇ ਗੁਰੂ ਸਾਹਿਬ ਕਿ ਜੇ ਕਿਤੇ ਤੁਹਾਡੀ ਨજર ਭਟਕ ਜਾਵੇ ਦਿਮਾਗ ਦੇ ਵਿੱਚ ਗੱਲ ਸਹੀ ਨਾ ਫਿੱਟ ਫਿੱਟ ਬੈਠੇ ਤਾਂ ਤੁਸੀਂ ਇੱਕੋ ਤੇ ਵਾਪਸ ਮੁੜ ਕੇ ਆ ਜਾਓ ਕਿ ਜਿਹੜਾ ਮੇਰੇ ਦਿਮਾਗ ਦੇ ਵਿੱਚ ਦੇਵੀ ਦੇਵਤਿਆਂ ਦੇ ਬਾਰੇ ਕੁਝ ਭੰਬਲ ਪੂਸਾ ਪਿਆ ਹੋਇਆ ਹੈ ਚੱਕਰ ਚੱਲਿਆ ਹੋਇਆ ਹੈ ਮੈਂ ਇਹਦੇ ਤੋਂ ਮੁਕਤ ਹੋ ਕੇ ਕੀ ਕਰਾਂ ਤਾਂ ਇੱਕੋ ਤੇ ਆ ਜਾਓ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਹਾਂ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਨਹੀਂ ਹਾਂ ਤਾਂ ਹੁਣ ਪਹਿਲੀ ਗੱਲ ਜਦੋਂ ਅਸੀਂ ਗੁਰਨਾਨਕ ਸਾਹਿਬ ਦੇ ਇਹ ਪਹਿਲੇ 10 ਸਵਈਏ ਪੜ੍ਹਦੇ ਹਾਂ ਪੱਟਾਂ ਦੇ ਲਿਖੇ ਹੋਏ ਤਾਂ ਇਹਨਾਂ 10 ਸਵਈਆਂ ਦੇ ਵਿੱਚ ਜਿਹੜੀ ਕਿ ਪ੍ਰਿੰਸੀਪਲ ਤੇਜਾ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਸਟਾਰਮਾਰਕ ਕਰਕੇ ਅਰਥਾਂ ਦੇ ਵਿੱਚ ਪੂਰੀ ਤਰ੍ਹਾਂ ਸਮਝਾਉਣ ਵਾਸਤੇ ਲਿਖਿਆ ਹੋਇਆ ਹੈ ਕਿ ਇਹਨਾਂ ਪੱਟਾਂ ਨੇ ਗੁਰੂ ਸਾਹਿਬ ਦੀ ਆਪ ਤਾਂ ਵਡਿਆਈ ਕੀਤੀ ਹੀ ਕੀਤੀ ਹੈ ਬਲਕਿ ਸਾਰੇ ਦੇਵੀ ਦੇਵਤਿਆਂ ਨੂੰ ਗੁਰਨਾਨਕ ਦੀ ਵਡਿਆਈ ਕਰਦਾ ਵਿਖਾਇਆ ਹੈ ਤੁਸੀਂ ਆਪ ਚੈੱਕ ਕਰ ਲਿਓ ਇੱਥੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਾਰੇ ਸਵਈਏ ਲਿਖੇ ਗਏ ਨੇ ਉਹਦੇ ਵਿੱਚ ਪੰਨਾ 1399 ਤੇ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਮਨਪੁਰਖ ਝਾਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਇੱਕ ਪੁਰਖ ਨੂੰ ਸਦਾ ਧਿਆਉਣਾ ਹੈ ਇੱਕ ਨਰਿੰਕਾਰ ਨੂੰ ਸਦਾ ਯਾਦ ਰੱਖਣਾ ਹੈ ਤਾਸ ਚਰਨ ਲੇ ਰਿਦਾ ਬਸਾਵੋ ਅਸੀਂ ਉਸੇ ਦੇ ਨਿਮਰਤਾ ਨਾਲ ਚਰਨਾ ਤੇ ਮੱਥਾ ਟੇਕਦੇ ਹਾਂ ਤੇ ਫਿਰ ਕੀ ਹੋਵੇਗਾ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਪ੍ਰਮਾਤਮਾ ਨੂੰ ਨਮਸ਼ਕਾਰ ਕਰਨ ਤੋਂ ਬਾਅਦ ਹੁਣ ਭਟ ਜੀ ਕਹਿੰਦੇ ਨੇ ਕਿ ਮੈਂ ਪਰਮ ਗੁਰੂ ਗੁਰੂ ਨਾਨਕ ਦੇ ਗੁਣ ਗਾਉਂਦਾ ਹਾਂ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਣ ਸ਼ਬਦ ਸਰੇ ਤੇ ਅੱਗੇ ਹਵਾਲੇ ਦੇ ਰਹੇ ਨੇ ਭਟ ਜੀ ਗਾਵਾਂ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਇਹ ਜਿਹੜੇ ਸਾਰੇ ਦੇ ਜੋਗੀ ਆਦਿਕ ਨੇ ਗੁਰੂ ਨਾਨਕ ਦੇ ਗੁਣ ਗਾਉਂਦੇ ਨੇ ਗਾਵਾਂ ਇੰਦਰਾਦ ਭਗਤ ਪ੍ਰਲਾਦਿਕ ਆਤਮ ਰਸ ਜਨ ਮਾਣਿਓ ਕਬ ਕਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ ਇਸੇ ਕਰਕੇ ਵੀ ਇਹਨਾਂ ਸਾਰੇ ਤੁਰਤਨ ਸਮਿਆਂ ਚ ਹੋ ਚੁੱਕੇ ਧਰਮੀ ਪੁਰਖਾਂ ਨੇ ਗੁਰੂ ਨਾਨਕ ਦੇ ਹੀ ਗੁਣ ਗਾਏ ਨੇ ਭੱਟ ਜੀ ਗੁਰੂ ਨਾਨਕ ਦੀ ਪ੍ਰਸ਼ੰਸਾ ਕਰਦੇ ਹੋਏ ਅਲੰਕਾਰਕ ਤੌਰ ਤੇ ਇਹ ਬੋਲੀ ਵਰਦੇ ਨੇ ਕਿ ਮੈਂ ਵੀ ਹੁਣ ਗੁਰਨਾਨਕ ਦੇ ਹੀ ਗੁਣ ਗਾਉਂਦਾ ਹਾਂ ਗਾਵੈ ਜਨਕਾਦ ਯੁਗਤ ਜੋਗੇਸਰ ਹਰ ਰਸਪੂਰਨ ਸਰਬ ਕਲਾ ਗਾਵੈ ਸੰਕਾਦ ਸਾਧ ਸਿੱਧ ਸਾਧਕ ਮੁੰਨ ਜਨ ਗਾਵੈ ਅਚਲ ਛਲਾ ਇਹ ਸਾਰਿਆਂ ਦਾ ਅੱਗੇ ਲੰਮੇ ਵਿਸਥਾਰ ਦੇ ਵਿੱਚ ਇਹ ਹਵਾਲੇ ਦਿੱਤੇ ਨੇ ਕਿ ਸਾਰਿਆਂ ਨੇ ਹੀ ਗੁਰਨਾਨਕ ਦੇ ਗੁਣ ਗਾਏ ਨੇ ਅਖੀਰ ਦੇ ਵਿੱਚ ਭਗਤ ਜੀ ਕਹਿੰਦੇ ਨੇ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ ਜਿਨ੍ਹਾਂ ਨੇ ਸਤਜੁਗ ਦੇ ਵਿੱਚ ਅਵਤਾਰ ਧਾਰਿਆ ਤੇ ਭਾਵੇਂ ਉਹਨਾਂ ਨੇ ਬਲਰਾਜੇ ਨੂੰ ਛੱਡ ਲਿਆ ਤ੍ਰੇਤਾ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਭਾਵੇਂ ਰਾਮ ਬਣ ਕੇ ਤ੍ਰੇਤੇ ਦੇ ਵਿੱਚ ਆਏ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਤੇ ਕੀਓ ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਜੀ ਨੇ ਦੁਆਪਰ ਦੇ ਵਿੱਚ ਕਾਂਸ ਨੂੰ ਕਤਲ ਕਰ ਦਿੱਤਾ ਤੇ ਉਹ ਸੁਰਗਾਂ ਨੂੰ ਚਲਾ ਗਿਆ ਦੁਆਪਰ ਕਿਸ਼ਨ ਮੁਰਾਰਕ ਕਾਂਸ ਕਿਰਤਾਰਥ ਕੀਓ ਉਗਰ ਸਾਨ ਕੋ ਰਾਜ ਅਬੈ ਭਗਤਾਂ ਜਨ ਦੀਓ ਤੇ ਹੁਣ ਕੀ ਗੱਲ ਹੈ ਕਾਲਯੁਗ ਪ੍ਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ ਇਹ ਸਮੇਂ ਦੇ ਵਿੱਚ ਗੁਰਨਾਨਕ ਗੁਰੂ ਅੰਗਦ ਗੁਰੂ ਅਮਰਦਾਸ ਇਹ ਸਾਰੇ ਹੀ ਧਰਤੀ ਦੇ ਉੱਤੇ ਕਲਾ ਕਲੇਸ਼ ਦੁੱਖ ਦਰਿਦਰ ਖਤਮ ਕਰਨ ਵਾਸਤੇ ਆਏ ਨੇ ਅੱਜ ਸਾਡੇ ਗੁਰੂ ਇਹ ਨੇ ਉਹ ਜਿਹੜੇ ਪਹਿਲਾਂ ਨੇ ਉਹ ਹੋ ਚੁੱਕੇ ਨੇ ਸਮਾ ਲੰਘ ਚੁੱਕੇ ਨੇ ਵਿਹਾ ਚੁੱਕੇ ਨੇ ਅੱਜ ਉਹਨਾਂ ਨੇ ਸਾਡਾ ਕੁਝ ਵੀ ਨਹੀਂ ਸਮਾਰਨਾ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ ਇਹ ਗੁਰੂ ਨਾਨਕ ਨੂੰ ਆਦ ਪੁਰਖ ਪ੍ਰਮਾਤਮਾ ਨੇ ਸਾਰਾ ਆਪ ਅਧਿਕਾਰ ਮਾਨੋ ਦੇ ਕੇ ਧਰਤੀ ਦੇ ਉੱਤੇ ਭੇਜ ਦਿੱਤਾ ਇੱਥੇ ਬਹੁਤ ਕੁਝ ਇਹੋ ਜਿਹਾ ਲਿਖਿਆ ਕਿ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਅਸੀਂ ਤਾਂ ਅੱਜ ਗੁਰਨਾਨਕ ਦੇਹੀ ਗੁਣ ਗਾਉਂਦੇ ਹਾਂ ਸਾਰੇ ਭਗਤਾਂ ਨੇ ਬੱਖੋ ਬکریاں ਥਾਵਾਂ ਤੇ ਆਪਣੇ ਸਵੀਆਂ ਦੇ ਵਿੱਚ ਬਾਰ ਬਾਰ ਇਹੋੀ ਗੱਲ ਆਖੀ ਐ ਇਸੇ ਤਰ੍ਹਾਂ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਲੰਤਨ ਆਵੈ ਰਬ ਸਸ ਕੇਰਣ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੇ ਪਾਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਪਹਿਲਾਂ ਦੂਜਿਆਂ ਦੀਆਂ ਗੱਲਾਂ ਕਰ ਦਿੱਤੀਆਂ ਤੇ ਅਖੀਰ ਦੇ ਵਿੱਚ ਜਦੋਂ ਗੁਰੂ ਅਮਰਦਾਸ ਸਾਹਿਬ ਦਾ ਨਾਮ ਲਿਆ ਉਦੋਂ ਕਹਤਾ ਕਿ ਹੁਣ ਤੂੰ ਹੈ ਜਿਹੜਾ ਕੋਈ ਸਾਡਾ ਸਮਾਰਨ ਵਾਲਾ ਹੈ ਤੇ ਇਸੇ ਤਰ੍ਹਾਂ ਸਵਈਏ ਮਹੱਲੇ ਚੌਥੇ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਸ਼ੰਸਾ ਕੀਤੀ ਗਈ ਹੈ ਤੇ ਉਹਨਾਂ ਦੇ ਪਰਉਪਕਾਰਾਂ ਨੂੰ ਸਾਹਮਣੇ ਲਿਆਂਦਾ ਗਿਆ ਇਸੇ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਨੇ ਕੇ ਪੱਟਾਂ ਦੀ ਨਜ਼ਰ ਦੇ ਵਿੱਚ ਵੀ ਉਹਨਾਂ ਦਾ ਇਹ ਫਰਮਾਨ ਹੈ ਤੂੰ ਸਤਗੁਰ ਚੌ ਜੁਗੀ ਆਪ ਆਪ ਪਰਮੇਸ਼ਰ ਹੁਣ ਏ ਗੁਰੂ ਪਾਤਸ਼ਾਹ ਚਾਰੇ ਯੁਗਾਂ ਦਾ ਤੂੰ ਆਪ ਮਾਲਕ ਐ ਸੁਰਨਰ ਸਾਧਕ ਸਿੱਧ ਸਿੱਖ ਬੇਅੰਤ ਤੁਰੋਂ ਤੁਰ ਐ ਸੁਰਨਾਰ ਦੇਵੀ ਦੇਵਤੇ ਆਦਿਕ ਧੁਰ ਤੋਂ ਹੀ ਤੁਹਾਡੇ ਸੇਵਕ ਨੇ ਆਦ ਯੁਗਾਦ ਅਨਾਦ ਕਲਾ ਧਾਰੀ ਤਰਹਿ ਲੋਐ ਅਗਮ ਨਿਗਮ ਉਦਰਣ ਜਰਾ ਜਮਿਓ ਆਰੋਐ ਗੁਰੂ ਅਮਰਦਾਸ ਥਿਰ ਥਪਿਓ ਪਰ ਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸੱਲ ਕਬ ਗੁਰੂ ਰਾਮਦਾਸ ਤੇਰੀ ਸ਼ਰਨ हे ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅਸੀਂ ਅੱਜ ਤੇਰੀ ਸ਼ਰਨ ਚ ਆ ਗਏ ਆ ਸਾਡਾ ਪਾਰ ਨਿਸਤਾਰਾ ਕਰਨ ਵਾਲਾ ਤੂੰ ਹੈ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਪ੍ਰਸ਼ੰਸਾ ਦੇ ਵਿੱਚ ਭਟਾ ਨੇ ਲਿਖਿਆ ਉਹਦੇ ਵੱਲ ਵੀ ਧਿਆਨ ਮਾਰ ਲਓ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ ਮੁਕਤ ਹੋ ਗਏ ਆਪਣੀ ਜ਼ਿੰਮੇਵਾਰੀ ਨਿਭਾ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਲੜ ਲਾ ਗਏ ਤੇ ਭੱਟਾ ਨੇ ਇਸ ਨੂੰ ਆਪਣੇ ਢੰਗ ਨਾਲ ਸਾਡੇ ਸਾਹਮਣੇ ਰੱਖਿਆ ਕਿ ਉਹ ਮੁਕਤ ਹੋ ਕੇ ਨਰਿੰਕਾਰ ਦੇ ਚਰਨਾ ਚਲੇ ਗਏ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਹਰ ਸੰਗਾਸਣ ਦਿਓ ਸ੍ਰੀ ਗੁਰਤਹਿ ਬਿਠਾਇਓ ਗੁਰੂ ਅਰਜਨ ਸਾਹਿਬ ਨੂੰ ਰੱਬ ਨੇ ਆਪ ਵੱਡਾ ਸੰਗਾਸਣ ਦਿੱਤਾ ਉਹਦੇ ਤੇ ਮਾਨੋ ਬਿਠਾ ਦਿੱਤਾ ਰਸਕੀਓਸੁਰ ਦੇਵ ਤੋਹ ਜਸ ਜੈ ਜੈ ਜੰਪੈ ਇਹ ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਨੂੰ ਜੈ ਜੈ ਗੁਰੂ ਅਰਜਨ ਸਾਹਿਬ ਨੂੰ ਜੈ ਜੈਕਾਰ ਕਰ ਰਹੇ ਨੇ ਅਸਰ ਗਏ ਤੇ ਭਾਗ ਪਾਪ ਤਨ ਭੀਤਰ ਕੰਪੈ ਜਿਹੜੇ ਅੰਦਰ ਰਾਖਸ਼ ਬੈਠੇ ਸੀ ਉੱਥੇ ਸਾਰੇ ਦੌੜ ਗਏ ਕੋਈ ਨਹੀਂ ਰੁਕਿਆ ਉੱਥੇ ਤੇ ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹਨਾਂ ਦੇ ਪਾਪ ਖਤਮ ਹੋ ਗਏ ਕਾਟੇ ਸੋ ਪਾਪ ਤਿੰਨ ਨਰਾਂ ਕੇ ਗੁਰੂ ਰਾਮਦਾਸ ਜਿਨ ਪਾਇਓ হে ਭਾਈ ਉਹਨਾਂ ਸਾਰੇ ਇਨਸਾਨਾਂ ਦੇ ਪਾਪ ਕੱਟੇ ਗਏ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਦਰਸ਼ਨ ਕਰ ਲੇ ਛਤਰ ਸਿੰਘਾਸਨ ਪਿਰਥਮੀ ਗੁਰੂ ਅਰਜਨ ਕੋ ਦੇ ਆਇਓ ਗੁਰੂ ਰਾਮਦਾਸ ਜੀ ਨੇ ਧਰਤੀ ਦੇ ਉੱਤੇ ਛਤਰ ਸਿੰਘਾਸਨ ਭਾਵ ਕੇ ਲੋਕਾਂ ਦੇ ਕਲਿਆਣ ਵਾਸਤੇ ਸਾਰੀ ਜ਼ਿੰਮੇਵਾਰੀ ਗੁਰੂ ਅਰਜਨ ਨੂੰ ਦੇ ਦਿੱਤੀ ਤੇ ਇਹ ਜੜੀਆਂ ਇਹ ਕੁਝ ਕੁ ਪੰਗਤੀਆਂ ਵਿੱਚੋਂ ਲੈ ਕੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਨਾਮਤਾਰੀ ਭਾਈਆਂ ਨੇ ਪੇਸ਼ ਕੀਤੀਆਂ ਨੇ ਇਹਨਾਂ ਦਾ ਸੱਚਾਈ ਦੇ ਨਾਲ ਨੇੜੇ ਤੇੜੇ ਦਾ ਵੀ ਵਸਤਾ ਨਹੀਂ ਹੈ ਮੋਦੀ ਨੂੰ ਜਾਂ ਸਮੇਂ ਦੀ ਸਰਕਾਰ ਨੂੰ ਖੁਸ਼ ਕਰਨ ਵਾਸਤੇ ਇਹ ਬਹੁਤ ਤਰ੍ਹਾਂ ਦੇ ਰੰਗ ਬਟਾਉਂਦੇ ਨੇ ਪਹਿਲਾਂ ਕਾਂਗਰਸ ਦੇ ਨਾਲ ਵੀ ਇਹਨਾਂ ਦੀ ਨੇੜਤਾ ਬਣੀ ਰਹੀ ਹੈ ਕਾਂਗਰਸ ਵੱਲੋਂ ਇਹਨਾਂ ਦਾ ਕੋਈ ਨਾ ਕੋਈ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਵਿੱਚ ਚੁਣ ਕੇ ਭੇਜਿਆ ਜਾਂਦਾ ਰਿਹਾ ਹੈ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਇਹ ਇਹਨਾਂ ਦੀ ਆਪਣੀ ਨਿੱਜੀ ਸੋਚ ਹੈ ਕਿ ਇਹ ਕੁਝ ਸਹੂਲਤਾਂ ਵਾਸਤੇ ਸਰਕਾਰਾਂ ਨਾਲ ਰਲ ਕੇ ਚੱਲਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਨੇ ਤਾਂ ਬਾਦਲ ਸਾਹਿਬ ਨੂੰ ਖੁਸ਼ ਕਰਕੇ ਸਤਗੁਰੂ ਰਾਮ ਸਿੰਘ ਮਾਰਗ ਜਾਨੀ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦੀ ਜਿਹੜੀ ਸੜਕਾ ਹੈ ਉਹਦਾ ਨਾਮ ਸਤਗੁਰੂ ਰਾਮ ਸਿੰਘ ਦੇ ਨਾਮ ਤੇ ਧਰਵਾ ਲਿਆ ਰਾਮ ਸਿੰਘ ਨੂੰ ਸਤਗੁਰੂ ਕਰਕੇ ਇਹ ਮੰਨਦੇ ਨੇ ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਤੋਂ ਉਹਨੂੰ ਸਤਗੁਰੂ ਦੀ ਮੋਹਰ ਲਗਵਾ ਲਈ ਕਿ RAM ਸਿੰਘ ਜੀ ਸਤਗੁਰੂ ਨੇ ਤੇ ਸਰਕਾਰ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਇਹਨਾਂ ਨੇ ਆਪਣਾ ਪ੍ਰਭਾਵ ਵਰਤ ਕੇ ਅਕਾਲੀ ਮੁਖੀ ਅਕਾਲ ਤਖਤ ਤੇ ਅਰਦਾਸ ਕਰਕੇ ਬਣਿਆ ਸ਼੍ਰੋਮਣੀ ਅਕਾਲੀ ਦਲ ਉਸ ਦਾ ਮੁਖੀ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦਾ ਮੁੱਖ ਮੰਤਰੀ ਉਹਨੇ ਸਤਗੁਰੂ RAM ਸਿੰਘ ਦੇ ਨਾਮ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਸਥਾਪਿਤ ਕਰ ਦਿੱਤੀ ਖੋਜ ਵਿਭਾਗ ਸਥਾਪਿਤ ਕਰ ਦਿੱਤਾ ਉਹ ਸਿੱਖ ਨਹੀਂ ਰਹਿਣ ਦਿੱਤਾ ਰਾਮ ਸਿੰਘ ਉਹਨੂੰ ਸਤਿਗੁਰੂ ਬਣਾ ਕੇ ਕੂਕਿਆਂ ਦੇ ਆਖੇ ਲੱਗ ਕੇ ਉਹਦੇ ਨਾਮ ਤੇ ਇੱਕ ਖੋਜ ਸੰਸਥਾ ਸਤਿਗੁਰੂ ਰਾਮ ਸਿੰਘ ਚੇਅਰ ਉੱਤੇ ਸਥਾਪਿਤ ਕਰ ਦਿੱਤੀ ਹੈ ਇਸ ਤਰ੍ਹਾਂ ਦੇ ਹੋਰ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਇਹ ਆਪਣਾ ਪਰਸਨਲ ਆਪਣੀ ਜਥੇਬੰਦੀ ਦਾ ਫਾਇਦਾ ਲੈਣ ਵਾਸਤੇ ਕਈ ਤਰ੍ਹਾਂ ਦੇ ਸਮਝੌਤੇ ਕਰਦੇ ਨੇ ਕਈ ਤਰ੍ਹਾਂ ਦੇ ਬਿਆਨ ਕਰਦੇ ਨੇ ਪਰ ਅੰਦਰ ਖਾਤੇ ਗੱਦੀਆਂ ਵਾਸਤੇ ਇਹਨਾਂ ਦੀਆਂ ਲੜਾਈਆਂ ਵੀ ਹੁੰਦੀਆਂ ਨੇ ਕਤਲ ਵੀ ਹੁੰਦੇ ਨੇ ਪਿਛਲੇ ਸਮੇਂ ਤੇ ਇਹ ਹਜਾ ਬਹੁਤ ਕੁਝ ਅਖਬਾਰਾਂ ਚ ਆ ਚੁੱਕਿਆ ਹੋਇਆ ਤੇ ਹੋਰ ਵੀ ਅਜੇ ਆਉਣਾ ਬਾਕੀ ਹੈ ਤੋਂ ਅਸੀਂ ਤਾਂ ਅਕਾਲ ਪੁਰਖ ਦੇ ਅਤੇ 10 ਗੁਰੂ ਸਹਿਬਾਨਾਂ ਦੇ ਜਿਹੜੇ ਬਾਣੀ ਦੀ ਚੇਤਾ ਮਹਾਪੁਰਖ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਆ ਉਹਨਾਂ ਨੂੰ ਆਪਣੇ ਹਿਰਦੇ ਚ ਬਸਾ ਕੇ ਰੱਖਦੇ ਆ ਉਹਨਾਂ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਚ ਢਾਲਣ ਦਾ ਯਤਨ ਕਰਦੇ ਆ ਤੇ ਇਹਨਾਂ ਨਾਮ ਧਾਰੀਆਂ ਨੇ ਤਾਂ ਬਰਮਾ ਵਿਸ਼ਨੂੰ ਸ਼ਿਵ ਰਾਮ ਕ੍ਰਿਸ਼ਨ ਆਦਿਕ ਦੇ ਪਿੱਛੇ ਲਾਉਣ ਦਾ ਯਤਨ ਕੀਤਾ ਜਿਹੜੇ ਕਿ ਆਪ ਹੀ ਕਲਪਤਨੇ ਉਹਨਾਂ ਦਾ ਕੋਈ ਇਤਿਹਾਸਿਕ ਸਰੋਤ ਇਕਸਾਰਤਾ ਵਾਲਾ ਅਜਿਹੇ ਦੇਣ ਵਾਲਾ ਨਹੀਂ ਹੈ ਕਰਾਮਾਤੀ ਕਹਾਣੀਆਂ ਉਹਨਾਂ ਦੇ ਵੀ ਦੇਵਤਿਆਂ ਨਾਲ ਜੁੜੀਆਂ ਹੋਈਆਂ ਨੇ ਤੇ ਨਾਲ ਇਹ ਵੀ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਅੱਜ ਇਤਿਹਾਸਿਕ ਤੌਰ ਤੇ ਸਾਡੇ ਸਾਹਮਣੇ ਕਿੰਨਾ ਕੁਛ ਪਰਉਪਕਾਰ ਕੀਤੇ ਨੇ ਸਾਡੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਜੋ ਯੋਗਦਾਨ ਪਾਇਆ ਉਹ ਮਹਾਨ ਹੈ ਤੇ ਉਹਨਾਂ ਦੀ ਗੁਰਬਾਣੀ ਅੱਜ ਸਾਡੇ ਕੋਲ ਮੌਜੂਦ ਹੈ ਇਹਦੇ ਤੋਂ ਅਸੀਂ ਸੇਧ ਲੈ ਸਕਦੇ ਹਾਂ ਤੇ ਗੁਰਬਾਣੀ ਕਿਸੇ ਦੇਵੀ ਦੇਵਤੇ ਨੂੰ ਮਾਨਤਾ ਨਹੀਂ ਦਿੰਦੀ ਕੇਵਲ ਹਵਾਲੇ ਮਾਤਰ ਹੁੰਦੇ ਨੇ ਅਸੀਂ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਨਾ ਦੇਵਦਨ ਵਾ ਨਰਾ ਨਾ ਸਿੱਧ ਸਦਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਇਕ ਤੋ ਹੀ ਗੁਰਬਾਣੀ ਦਾਤਾ ਇਹ ਫਰਮਾਨ ਹੈ ਅਸੀਂ ਇੱਕ ਦੇ ਮੰਨਣ ਵਾਲੇ ਆ ਦੇਵੀ ਦੇਵਤਿਆਂ ਦੇ ਪੁਜਾਰੀ ਨਹੀਂ ਹਾਂ ਇਹ ਨਾਮ ਧਾਰੀਆਂ ਨੇ ਜਿਹੜੀ ਬਿਆਨ ਦਿੱਤਾ ਹੈ ਇਹ ਸਿੱਖ ਮਾਨਤਾ ਦੇ ਗੁਰਬਾਣੀ ਦੇ ਬਿਲਕੁਲ ਉਲਟ ਹੈ ਤੇ ਇਹਨੂੰ ਅਸੀਂ ਸਵੀਕਾਰ ਨਹੀਂ ਕਰਦੇ ਸਵਾਲ ਨੰਬਰ 286 ਭਾਈ ਅੰਗਰੇਜ਼ ਸਿੰਘ ਫੌਜੀ ਇਹਨਾਂ ਦਾ ਸਵਾਲ ਹੈ ਸਤਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਵਾਰੀ ਆਇਆ ਹੈ ਭਾਬ ਕੇ ਸਤਨਾਮ ਅਲੱਗ ਵਾਹਿਗੁਰੂ ਅਲੱਗ ਇਹਨਾਂ ਨੇ ਅਲੱਗ ਅਲੱਗ ਇਹਦੇ ਬਾਰੇ ਪੁੱਛਿਆ ਸਤਨਾਮ ਬਾਰੇ ਤਾਂ ਕੋਈ ਸ਼ੰਕਾ ਨਹੀਂ ਹੈ ਮੈਂ ਸਾਰਾ ਕੰਪਿਊਟਰ ਦੇ ਰਾਹੀਂ ਨੋਟ ਕੀਤਾ ਹੋਇਆ ਹੈ ਆਪਣੇ ਕੋਲੇ ਕਿ ਕਿਹੜਾ ਸ਼ਬਦ ਕਿੰਨੀ ਵਾਰੀ ਆਈ ਹੈ ਬਹੁਤ ਕੁਝ ਲਿਖਣ ਪੜ੍ਹਨ ਅਤੇ ਬੋਲਣ ਵਾਸਤੇ ਅਜਿਹਾ ਕੁਝ ਬਹੁਤ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਸਿੱਖਣਾ ਪੈਂਦਾ ਹੈ ਖੈਰ ਸਤਨਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2008 ਵਾਰੀ ਆਇਆ ਹੈ ਭਾਵਕੇ 2008 2008 ਵਾਰੀ ਸਤਨਾਮ ਸ਼ਬਦ ਆਇਆ ਉਹਦੇ ਰੂਪ ਤਾਂ ਥੋੜੇ ਥੋੜੇ ਬਦਲਦੇ ਰਹੇ ਨੇ ਭਾਵ ਕਿਤੇ ਸਤਨਾਮ ਮਮਾ ਮੁਕਤ ਹੈ ਕਿਤੇ ਮਮੇ ਨੂੰ ਔਕੜ ਹੈ ਕਿਤੇ ਮਮੇ ਨੂੰ ਸਿਹਾਰੀ ਹੈ ਇਹ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਤਬਦੀਲੀਆਂ ਹੋਇਆ ਕਰਦੀਆਂ ਨੇ ਤੇ 2008 ਵਾਰੀ ਇਹਦੀ ਵਰਤੋਂ ਹੋਈ ਹੈ ਸਤਨਾਮ ਦੀ ਪਰ ਵਾਗਰੂ ਸ਼ਬਦ ਕਿੰਨੀ ਵਾਰੀ ਆਇਆ ਕਿਹਨਾਂ ਰੂਪਾਂ ਚ ਆਇਆ ਇਹ ਥੋੜਾ ਜਿਹਾ ਗੁੰਝਲਦਾਰ ਵਿਸ਼ਾ ਹੈ ਗੁਰਬਾਣੀ ਦੇ ਵਿੱਚ ਜੋ ਪ੍ਰਚਾਰਿਆ ਗਿਆ ਹੈ ਕਿ ਵਾਹਿਗੁਰੂ ਮੰਤਰ ਦਾ ਜਾਪ ਕਰੋ ਵਾਹਿਗੁਰੂ ਗੁਰ ਮੰਤਰ ਹੈ ਜਾਪ ਹਉਮੈ ਕੋਈ ਇਹ ਜਿਹੜਾ ਬਾਰ ਬਾਰ ਆਖਿਆ ਜਾਂਦਾ ਹੈ ਇਹ ਭਾਈ ਗੁਰਦਾਸ ਦਾ ਲਿਖਿਆ ਹੋਇਆ ਹੈ ਧਿਆਨ ਰਵੇ ਕਿ ਭਾਈ ਗੁਰਦਾਸ ਜੀ ਸਾਡੇ ਗੁਰੂ ਨਹੀਂ ਸੀ ਉਹ ਸਾਡੇ ਸਿੱਖ ਭਰਾ ਸਨ ਬਹੁਤ ਵਿਦਵਾਨ ਸਨ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡਾ ਜਿਹੜਾ ਅਗਵਾਈ ਦਾ ਸੋਮਾ ਹੈ ਉਹ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ ਕਦੀ ਧਿਆਨ ਦਿਓ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਸ਼ਬਦ ਦੀ ਜਾਪ ਕਦੇ ਨਹੀਂ ਕੀਤਾ ਬਾਕੀ ਗੁਰੂਆਂ ਨੇ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕੀਤਾ ਭਗਤਾਂ ਨੇ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕੀਤਾ ਜਿਹੜਾ ਵਾਹਿਗੁਰੂ ਮੰਤਰ ਅੱਜ ਜਪਾਉਣ ਦੀਆਂ ਗੱਲਾਂ ਸਾਡੇ ਨਾਲ ਕੀਤੀਆਂ ਜਾ ਰਹੀਆਂ ਨੇ ਇਹ ਤਾਂ ਭਾਈ ਗੁਰਦਾਸ ਨੇ ਲਿਖਿਆ ਫਿਰ ਕੀ ਅਸੀਂ ਸਾਰੇ ਭਾਈ ਗੁਰਦਾਸ ਦੇ ਸਿੱਖ ਹੋਗੇ ਜੀ ਪਿਆਰਿਓ ਨਹੀਂ ਹੈ ਤੇ ਇਹਦਾ ਗੱਲਾਂ ਦਾ ਧਿਆਨ ਰੱਖਣਾ ਹੈ ਮਸਲਾ ਕਿਸੇ ਸ਼ਬਦ ਨੂੰ ਮੰਤਰ ਨੂੰ ਜਪਣ ਦਾ ਨਹੀਂ ਉਦੇ ਅਰਥਾਂ ਨੂੰ ਸਮਝ ਕੇ ਜ਼ਿੰਦਗੀ 'ਚ ਢਾਲਣ ਦਾ ਹੁੰਦਾ ਹੈ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ ਗੱਲ ਤਾਂ ਇਹ ਸੀ ਕਰਨ ਵਾਲੀ ਹੁਣ ਆਪਾਂ ਇਹ ਦੇਖੀਏ ਕਿ ਵਾਹ ਗੁਰੂ ਸ਼ਬਦ ਹੈ ਜਿਹੜਾ ਇਹ ਭੱਟਾਂ ਦੇ ਸਵੀਆਂ 'ਚ ਜਿਆਦਾ ਆਇਆ ਤੇ ਇਹਦਾ ਵੀ ਉਚਾਰਨ ਹੈ ਜਿਹੜਾ ਉਹ ਦੋ ਤਰੀਕਿਆਂ ਨਾਲ ਹੈ ਇੱਕ ਤਾਂ ਹੈ ਵਾ ਵਾਵੇ ਨੂੰ ਕੰਨਾ ਹਾ ਹਾ ਮੁਕਤਾ ਤੇ ਅੱਗੇ ਵਾਹ ਗੁਰੂ ਗੱਗੇ ਨੂੰ ਔਕੜ ਅਰਾਰੇ ਨੂੰ ਦੁਲੈਂਕੜ ਇੱਕ ਤਾਂ ਹੈ ਵਾਹ ਗੁਰੂ ਇਹ ਆਇਆ ਤੇ ਇੱਕ ਆਇਆ ਵਾਵੇ ਨੂੰ ਕਰਨਾ ਹਾਹੇ ਨੂੰ ਸਿਹਾਰੀ ਵਾਹੇ ਗੁਰੂ ਤੇ ਇਹ ਪੱਟਾ ਨੇ ਜਿਹੜਾ ਲਿਖਿਆ ਹੋਇਆ ਹੈ ਇਹ ਵੀ ਹੇ ਗੁਰੂ ਅਸੀਂ ਤੇਤੋਂ ਬਲਿਹਾਰਾਂ ਹੇ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਬਹੁਤ ਕੰਮ ਕੀਤਾ ਇਹ ਜਿਹੜਾ ਵਾਹ ਗੁਰੂ ਆਇਆ ਇਹ ਅਤੇ ਦੋਵੇਂ ਕੁੱਲ ਮਿਲਾ ਕੇ ਏ ਆਇਆ 16 ਵਾਰੀ ਤੇ ਇਹ ਭੱਟਾਂ ਦੇ ਸਵਈਆਂ ਦੇ ਵਿੱਚ ਹੀ ਆਇਆ ਬਾਕੀ ਹੋਰ ਕਈਆਂ ਥਾਵਾਂ ਤੇ ਜਿਹੜਾ ਇਸ ਤਰ੍ਹਾਂ ਵਾਹ ਗਰੂ ਸ਼ਬਦ ਨਹੀਂ ਆਇਆ ਉਹ ਤੇ ਆਪਾਂ ਜਦੋਂ ਪੜ੍ਹਦੇ ਆਂ ਵਿਚਾਰਦੇ ਆਂ ਉਹਦੇ ਰੂਪ ਅਲੱਗ-ਅਲੱਗ ਨੇ ਉਹ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹ ਸ਼ਬਦ ਆਇਆ 164 ਵਾਰੀ ਇਕੱਲਾ ਵਾਹ ਤੇ ਵਾਹ ਅਤੇ ਗੁਰੂ ਇਹ ਆਇਆ 13 ਵਾਰੀ ਵਾਹ ਹਾ ਹਾ ਮੁਕਤੇ ਵਾਲਾ ਇਹ ਆਇਆ 3 ਵਾਰੀ ਕੁੱਲ ਜੋੜ ਹੈ 180 ਵਾਰੀ ਪਰ ਇਹਦਾ ਮੈਂ ਤੁਹਾਨੂੰ ਕੁਝ ਹਵਾਲੇ ਗੁਰਬਾਣੀ ਚੋਂ ਅਤੇ ਭੱਟਾਂ ਦੇ ਸਵਈਆਂ ਚੋਂ ਦੇਣ ਲੱਗਿਆ ਸੇਵਕ ਕੈ ਭਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਰਿੰਕਾਰ ਪ੍ਰਭ ਸਦਾ ਸਲਾਮਤ ਕੈ ਨਸਕੈ ਕੋਊ ਤੁਮ ਕਦਕਾ 1403 ਪੰਨਾ ਕਿ ਅਸੀਂ ਤਾਂ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ ਪਤਾ ਨਹੀਂ ਤੂੰ ਕਦੋਂ ਤੋਂ ਐ ਅਸੀਂ ਤੇਰੇ ਬਾਰੇ ਬਹੁਤਾ ਕੁਝ ਦੱਸ ਨਹੀਂ ਸਕਦੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਗੁਰੂ ਜੀ ਲਿਖਦੇ ਨੇ ਵਾਹ ਵਾ ਤਿਸਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾ ਵਡਿਆਈ ਕਰਨੀ ਬਲੇਹਾਰ ਜਾਮਾ ਵਾਹ ਵਾ ਤਿਸਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾ ਤਿਸਨੂੰ ਆਖੀਐ ਜੇ ਸਭ ਮੈਂ ਰਹਾ ਸਮਾਏ ਵਾਹ ਵਾ ਤਿਸਨੂੰ ਆਖੀਐ ਜੇ ਦਿੰਦਾ ਰਿਜਕ ਸੁਭਾਏ ਨਾਨਕ ਵਾਹ ਵਾ ਇੱਕੋ ਕਰ ਜਾਣੀ ਐ ਜੇ ਸਤਗੁਰ ਦੀਆ ਦਿਖਾਏ ਇਹ ਪੰਨਾ 515 ਦੇ ਉੱਤੇ ਸੁਭਾਏਮਾਨ ਹੈ ਇਸੇ ਤਰ੍ਹਾਂ 515 ਤੇ ਇੱਕ ਹੋਰ ਹਵਾਲਾ ਹੈ ਵਾ ਵਾ ਗੁਰਸਿੱਖ ਨਿਤ ਸਭ ਕਰੋ ਗੁਰ ਪੂਰੈ ਵਾ ਵਾ ਭਾਵੈ ਇਥੇ ਵੈਗਰੂ ਵੈਗਰੂ ਨਹੀਂ ਆਖਿਆ ਸਿੱਖੋ ਤੁਸੀਂ ਵਾ ਵਾ ਕਰੋ ਭਾਵ ਕੇ ਵਾ ਕਮਾਲ ਹੋਗੀ ਏ ਅਕਾਲ ਪੁਰਖ ਵਾ ਤੁਹਾਡੀ ਕੁਦਰਤ ਮਹਾਨ ਹੈ ਵਾ ਵਾ ਗੁਰ ਸਿਕ ਨਿਤ ਸਭ ਕਰੋ ਗੁਰ ਪੂਰੇ ਵਾ ਵਾ ਭਾਵੈ ਨਾਨਕ ਵਾ ਵਾ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਉਹਨੂੰ ਫਿਰ ਕੋਈ ਡਰ ਨਹੀਂ ਸਤਾਵੇਗਾ ਭੂਤ ਪ੍ਰੇਤ ਜਾਦੂ ਮੰਤਰ ਆਦਿਕ ਭਾਵਨਾ ਪ੍ਰਗਟ ਕਰਨ ਦਾ ਇੱਕ ਢੰਗ ਹੈ ਕਿ ਤੁਹਾਨੂੰ ਜਮਦੂਤਾਂ ਦਾ ਡਰ ਵੀ ਨਹੀਂ ਰਹੇਗਾ ਬੇਮੋਤਾਜਾ ਵੇ ਪਰਵਾ ਨਾਨਕ ਦਾਸ ਕਹੋ ਗੁਰ ਵਾ ਤੇ ਇਸੇ ਤਰ੍ਹਾਂ ਸੋ ਸਤ ਗੁਰ ਧੰਨ ਧੰਨ ਜਿਨ ਭਰਮ ਘੜ ਤੋੜਿਆ ਸੋ ਸਤ ਗੁਰ ਵਾਹ ਵਾਹ ਜਿਨ ਹਰਿ ਸਿਓ ਜੋੜਿਆ ਇਹ ਸਾਰਾ ਕੁਝ ਜਿਹੜਾ ਅੱਜ ਸਾਨੂੰ ਡੇਰੇਦਾਰਾਂ ਵੱਲੋਂ ਅਤੇ ਅਣਜਾਣ ਪ੍ਰਚਾਰਕਾਂ ਵੱਲੋਂ ਵੈਗੁਰੂ ਮੰਤਰ ਦਾ ਜਾਪ ਕਰਨ ਦੇ ਉਪਦੇਸ਼ ਦਿੱਤੇ ਜਾ ਰਹੇ ਨੇ ਇਹ ਗੁਰਬਾਣੀ ਦਾ ਉਪਦੇਸ਼ ਨਹੀਂ ਹੈ ਗੁਰਬਾਣੀ ਤਾਂ ਬਲੇਹਾਰ ਜਾਣ ਤੋਂ ਭਾਵ ਹੈ ਜਿੱਥੇ ਵਾਹ ਆਇਆ ਜਾਂ ਵਾਹ ਗੁਰੂ ਆਇਆ ਉਹ ਬਲਿਹਾਰ ਜਾਣ ਤੋਂ ਕੁਰਬਾਨ ਜਾਣ ਤੋਂ ਉਹਦੀ ਕਾਇਨਾਤ ਨੂੰ ਵੇਖ ਕੇ ਹੈਰਾਨ ਹੋਣ ਤੋਂ ਭਾਵਨਾ ਪ੍ਰਗਟ ਕੀਤੀ ਗਈ ਹੈ ਇਹਦਾ ਜਾਪ ਨਾਲ ਸਿਮਰਨ ਨਾਲ ਕੋਈ ਸਰੋਕਾਰ ਨਹੀਂ ਸਾਨੂੰ ਕਦੀ ਸਤਨਾਮ ਦਾ ਸਿਮਰਨ ਕਦੀ ਕਿਸੇ ਇੱਕ ਸ਼ਬਦ ਪੌੜੀ ਦਾ ਸਿਮਰਨ ਕਿਤੇ ਫਲਾਣੀ ਥਾਂ ਤੇ ਬੈਠ ਕੇ ਸਿਮਰਨ ਨੇ ਕਿਤੇ ਖੜੇ ਹੋ ਕੇ ਸਿਮਰਨ ਨੇ ਕਿਤੇ ਇੱਕ ਲੱਤ ਦੇ ਭਾਰ ਖਲੋ ਕੇ ਸਿਮਰਨ ਕਿਤੇ ਹੁਣ ਪੁੱਠੇ ਲਟਕ ਕੇ ਸਿਮਰਨ ਕਰਵਾਉਣਾ ਨਾ ਸ਼ੁਰੂ ਕਰ ਦੇਣ ਹੋਰ ਤਾਂ ਬਹੁਤ ਸਿਮਰਨ ਹੋਗੇ ਸਾਧਾਂ ਦੇ ਕਤਾਬਾਂ ਦੇ ਵਿੱਚ ਇਹ ਵੀ ਲਿਖਿਆ ਪਿਆ ਕਿ ਫਲਾਣੇ ਸੰਤ ਨੇ ਪਾਣੀ ਦੇ ਵਿੱਚ ਖਲੋ ਕੇ ਸਵਾ ਮਹੀਨਾ ਜਾਂ ਸਵਾ ਸਾਲ ਸਿਮਰਨ ਕੀਤਾ ਜੀ ਭੁੱਖੇ ਰਹਿ ਕੇ ਸਿਮਰਨ ਕੀਤਾ ਜੀ ਇਹ ਸਾਨੂੰ ਮੂਰਖ ਬਣਾਉਣ ਵਾਸਤੇ ਕੁਰਾਹੇ ਪਾਉਣ ਵਾਸਤੇ ਸਾਧਾ ਆਦਿਕ ਨੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਇਹ ਤੋਂ ਬਚਣਾ ਗੁਰਬਾਣੀ ਸਾਨੂੰ ਜ਼ਿੰਦਗੀ ਦੀ ਸਿਹਤ ਦੇਣ ਦਾ ਖਜ਼ਾਨਾ ਹੈ ਇਹ ਤੋਂ ਜ਼ਿੰਦਗੀ ਦੀ ਅਗਵਾਈ ਲੈਣੀ ਹੈ ਆਪਣੇ ਕਾਰੋਬਾਰ ਕੰਮ ਧੰਦੇ ਵੀ ਕਰਨੇ ਨੇ ਕਾਮਯਾਬੀ ਹੋਣਾ ਪਰ ਆਪਣੇ ਆਪ ਨੂੰ ਗੁਰਬਾਣੀ ਦੇ ਸਮਰਪਿਤ ਕਰਕੇ ਜ਼ਿੰਦਗੀ ਬਤੀਤ ਕਰਨੀ ਹੈ ਜੇ ਗੁਰਬਾਣੀ ਦੇ ਅਰਥ ਭਾਵ ਨਹੀਂ ਵੀ ਕਿਸੇ ਨੂੰ ਆਉਂਦੇ ਤਾਂ ਵੀ ਮਨ 'ਚ ਇਹ ਪੱਕੀ ਧਾਰਨਾ ਹੋਵੇ ਕਿ ਮੈਂ ਸਿੱਖਾਂ ਮੈਨੂੰ ਸਿੱਖ ਹੋਣ ਤੇ ਮਾਣ ਹੈ ਗੁਰਬਾਣੀ ਨੂੰ ਤੋਂ ਸਵਾਏ ਹੋਰ ਮੈਂ ਕਿਸੇ ਨੂੰ ਨਹੀਂ ਮੰਨਦਾ ਤੇ ਜਿਹੜੇ ਸਾਧ ਸੰਤ ਡੇਰੇਦਾਰ ਨੇ ਮੈਂ ਉਹਨਾਂ ਦੀਆਂ ਗੱਲਾਂ ਨਹੀਂ ਮੰਨਾਂਗਾ ਮੈਂ ਤੇ ਗੁਰਬਾਣੀ ਦੀ ਮੰਨਾਂਗਾ ਇਹ ਭਾਵਨਾ ਸਾਡੇ ਮਨ ਦੇ ਵਿੱਚ ਪ੍ਰਗਟ ਹੋਣੀ ਚਾਹੀਦੀ ਹੈ ਹਮੇਸ਼ਾ ਭਾਵਨਾ ਬਣੀ ਰਹਿਣੀ ਚਾਹੀਦੀ ਹੈ ਸਵਾਲ ਨੰਬਰ 287 ਭਾਈ ਅੰਗਰੇਜ਼ ਸਿੰਘ ਫੌਜੀ ਇਹਨਾਂ ਦਾ ਇਹ ਦੂਜਾ ਸਵਾਲ ਹੈ ਕਿ ਅੱਜ ਦੇ ਸਮੇਂ ਵਿੱਚ ਪੰਜਾਂ ਤਖਤਾਂ ਦੀ ਮਰਿਆਦਾ ਵੱਖੋ-ਵੱਖਰੀ ਹੈ ਕੋਈ ਟਕਸਾਲੀ ਹੈ ਕੋਈ ਮਿਸ਼ਨਰੀ ਹੈ ਕੋਈ ਅਖੰਡ ਕੀਰਤਨੀਆਂ ਹੈ ਤੇ ਕੋਈ ਨਿਹੰਗ ਸਿੰਘ ਬਣਿਆ ਹੋਇਆ ਹੈ ਅਨੇਕ ਪ੍ਰਕਾਰ ਦੇ ਸਿੱਖ ਨੇ ਇਹਨਾਂ ਦੇ ਵਿਚਾਰ ਵੀ ਵੱਖੋ-ਵੱਖਰੇ ਨੇ ਜੇ ਕੋਈ ਸਾਨੂੰ ਪਰਾਇਆ ਇਨਸਾਨ ਪੁੱਛੇ ਕਿ ਤੁਸੀਂ ਕੌਣ ਹੋ ਅਸੀਂ ਕਹੀਏ ਸਿੱਖਾਂ ਤੇ ਉਹ ਅੱਗੋਂ ਪੁੱਛ ਲਵੇ ਕਿ ਕਿਸ ਦੇ ਸਿੱਖੋਂ ਤਾਂ ਕੀ ਜਵਾਬ ਦਈਏ ਇਹ ਬਹੁਤ ਦੁਖਦਾਈ ਪਹਿਲੂ ਹੈ ਕਿ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਭਿੰਨਤਾਵਾਂ ਵੱਖਰੇਵੇਂ ਪੈਦਾ ਹੋ ਚੁੱਕੇ ਹੋਏ ਨੇ ਕਿਉਂਕਿ ਸਾਡੇ ਮੁਖੀਆਂ ਨੇ ਕਦੀ ਵੀ ਪੰਥ ਦੇ ਭਲੇ ਵਾਸਤੇ ਚੜ੍ਹਦੀ ਕਲਾ ਵਾਸਤੇ ਗਿਆਨ ਦੇਣ ਵਾਸਤੇ ਵਿਦਿਆ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੇਅੰਤ ਪੈਸਾ ਉਹ ਵਿਦਿਆ ਤੇ ਨਹੀਂ ਪ੍ਰਚਾਰ ਤੇ ਨਹੀਂ ਆਪਣੀ ਐਸ਼ ਪ੍ਰਸਤੀ ਤੇ ਆਪਣੀਆਂ ਤਜੋਰੀਆਂ ਭਰਨ ਤੇ ਜਾਂ ਰਾਜਨੀਤੀ ਤੇ ਰੋੜਿਆ ਜਾ ਰਿਹਾ ਉਹਨੂੰ ਆਮ ਇਨਸਾਨ ਦੇ ਭਲੇ ਵਾਸਤੇ ਨਹੀਂ ਖਰਚਿਆ ਜਾ ਰਿਹਾ ਜਿਸ ਤੇ ਕਾਰਨ ਸਾਡੀ ਇਹ ਹਾਲਤ ਹੋਈ ਹੈ ਤਾਂ ਇੱਥੇ ਅੱਜ ਜੇ ਕੋਈ ਪਰਾਇਆ ਇਨਸਾਨ ਪੁੱਛੇ ਉਹਨੂੰ ਤਾਂ ਇਹੋ ਹੀ ਕਹਿਣਾ ਬਣਦਾ ਕਿ ਅਸੀਂ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਇੱਕ ਅੱਲਾ ਨੂੰ ਇੱਕ ਖੁਦਾ ਨੂੰ ਇੱਕ ਰੱਬ ਨੂੰ ਇੱਕ ਵਾਹਿਗੁਰੂ ਨੂੰ ਮੰਨਣ ਵਾਲੇ ਹਾਂ ਭਾਵੇਂ ਇੱਕ ਤੋਂ ਸਿਵਾਏ ਅਸੀਂ ਕਿਸੇ ਨੂੰ ਨਹੀਂ ਮੰਨਦੇ ਗੁਰਬਾਣੀ ਕਿਉਂ ਅਸੀਂ ਅਗਵਾਈ ਲੈਣੇ ਹਾਂ ਤਖਤਾਂ ਦੀਆਂ ਜਿਹੜੀਆਂ ਮਰਿਆਦਾਵਾਂ ਨੇ ਇਹ ਵਕਤੀ ਤੌਰ ਤੇ ਘੜੀਆਂ ਗਈਆਂ ਆਪੋ ਆਪਣੇ ਹਿਸਾਬ ਨਾਲ ਸਾਡੇ ਸਿੱਖਾਂ ਵੱਲੋਂ ਘੜੀਆਂ ਗਈਆਂ ਨੇ ਗੁਰੂ ਸਾਹਿਬ ਨੇ ਇਹਨਾਂ ਤਖਤਾਂ ਦੀ ਕੋਈ ਮਰਿਆਦਾ ਨਹੀਂ ਬਣਾਈ ਗੁਰਬਾਣੀ 'ਚ ਇਹਨਾਂ ਤਖਤਾਂ ਦਾ ਕੋਈ ਜ਼ਿਕਰ ਨਹੀਂ ਹੈ ਗੁਰਬਾਣੀ 'ਚ ਤਾਂ ਇੱਕ ਅਕਾਲ ਪੁਰਖ ਦਾ ਤਖਤ ਸਾਰੀ ਕਾਇਨਾਤ ਨੂੰ ਮੰਨਿਆ ਇੱਕੋ ਤਖਤ ਇੱਕੋ ਪਾਤਸ਼ਾਹ ਸਭਨੀ ਥਾਈ ਬੇਪਰਵਾਹ ਇੱਕੋ ਤਖਤ ਹੈ ਤੇ ਇੱਕੋ ਦਾ ਮਾਲਕ ਹੈ ਹਰ ਇੱਕ ਥਾਂ ਤੇ ਉਹ ਬੇਪਰਵਾਹ ਹੋ ਕੇ ਆਪਣੇ ਨਿਯਮ ਨੂੰ ਚਲਾ ਰਿਹਾ ਹੈ ਉਹਦੇ ਨਿਯਮਾਂ ਨੂੰ ਕੋਈ ਤੋੜ ਨਹੀਂ ਸਕਦਾ ਕੋਈ ਬਦਲ ਨਹੀਂ ਸਕਦਾ ਇਹ ਭਾਵਨਾ ਸਿੱਖਾਂ ਦੇ ਵਿੱਚ ਹੋਣੀ ਚਾਹੀਦੀ ਹੈ ਬਗਾਨੇ ਬੰਦਿਆਂ ਨੂੰ ਸਿੱਖ ਧਰਮ ਬਾਰੇ ਕੋਈ ਬਹੁਤੀ ਲੰਬੀ ਚੌੜੀ ਜਾਣਕਾਰੀ ਨਹੀਂ ਲੈ ਰਹੇ ਹੁੰਦੇ ਨਾ ਉਹਨਾਂ ਨੂੰ ਇੰਨੀ ਦਿਲਚਸਪੀ ਹੁੰਦੀ ਹੈ ਇੰਨੀ ਕਾਫੀ ਹੈ ਕਿ ਅਸੀਂ ਇੱਕ ਰੱਬ ਨੂੰ ਮੰਨਦੇ ਹਾਂ ਇੱਕ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਇਹਦੇ ਅਨੁਸਾਰ ਆਪਣੀ ਜ਼ਿੰਦਗੀ ਅਸੀਂ ਚਲਾਉਂਦੇ ਹਾਂ ਥੋੜੇ ਬਹੁਤੇ ਅੰਦਰੂਨੀ ਮਤਭੇਦ ਹੋ ਸਕਣ ਹੋ ਜਾਣੇ ਸੁਭਾਵਕ ਨੇ ਇਹ ਮੁਸਲਮਾਨਾਂ ਚ ਵੀ ਹੈਗੇ ਨੇ ਈਸਾਈਆਂ ਚ ਵੀ ਹੈਗੇ ਨੇ ਸਾਰਿਆਂ ਚ ਹੀ ਹੈਗੇ ਨੇ ਭਾਵੇਂ ਕਿ ਚੰਗੇ ਤਾਂ ਨਹੀਂ ਹੈਗੇ ਪਰ ਇਹਦੇ ਤੋਂ ਅਸੀਂ ਫੌਰੀ ਤੌਰ ਤੇ ਬਚ ਨਹੀਂ ਸਕਦੇ ਇੰਨਾ ਹੀ ਕਾਫੀ ਹੈ ਕਿ ਅਸੀਂ ਗੁਰਬਾਣੀ ਨੂੰ ਆਪਣਾ ਰਹਿਬਰ ਮੰਨਣ ਵਾਲੇ ਸਿੱਖਾਂ ਭਾਵੇਂ ਸਾਡਾ ਵਿక్తి ਤੌਰ ਤੇ ਵਿਹਾਰ ਅਲੱਗ-ਅਲੱਗ ਹੈ ਪਰ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੀ ਮੰਨਦੇ ਆਂ ਸਵਾਲ ਨੰਬਰ 288 ਭਾਈ ਗੁਰਮਿਹਰ ਸਿੰਘ ਇਹਨਾਂ ਦਾ ਸਵਾਲ ਹੈ ਅੰਮ੍ਰਿਤ ਵੇਲੇ ਉੱਠਣ ਦਾ ਕੀ ਲਾਭ ਹੈ ਸਾਡੇ ਸਿੱਖਾਂ ਦੀਆਂ ਸਟੇਜਾਂ ਤੇ ਅੰਮ੍ਰਿਤ ਵੇਲੇ ਬਾਰੇ ਬਹੁਤ ਪ੍ਰਚਾਰ ਕੀਤਾ ਗਿਆ ਇੱਕ ਪੌੜੀ ਇੱਕ ਪੰਕਤੀ ਉਹਦਾ ਕੁਝ ਹਿੱਸਾ ਸੁਣਾ ਦਿੱਤਾ ਜਾਂਦਾ ਹੈ ਅੰਮ੍ਰਿਤ ਵੇਲਾ ਸਚ ਨੋ ਬੜਿਆਈ ਵਿਚਾਰ ਬਸ ਇਹ ਪੰਕਤੀ ਸੁਣਾ ਕੇ ਕਿਹਾ ਜਾਂਦਾ ਹੈ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਦਾ ਹੁਕਮ ਹੈ ਫਿਰ ਬਬੀਹੇ ਦੀਆਂ ਉਦਾਹਰਣਾਂ ਗੁਰਬਾਣੀ ਚ ਮੌਜੂਦ ਨੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਇਹ ਕੇਵਲ ਉਦਾਹਰਣਾਾ ਮਾਤਰ ਨੇ ਵੈਸੇ ਗੁਰੂ ਸਾਹਿਬ ਨੇ ਕਿਸੇ ਵੀ ਸਮੇ ਨੂੰ ਚੰਗਾ ਜਾਂ ਮਾੜਾ ਨਹੀਂ ਆਖਿਆ ਤੇ ਇਥੋਂ ਤੱਕ ਵੀ ਗੁਰਬਾਣੀ ਚ ਲਿਖਿਆ ਜੇ ਵੇਲਾ ਵਕਤ ਵਿਚਾਰੀ ਹੈ ਕਿਤ ਵੇਲਾ ਹੈ ਭਗਤ ਹੋਏ ਜੇ ਵੇਲਾ ਵਕਤ ਵਿਚਾਰ ਕੇ ਆਪਾਂ ਰੱਬ ਨੂੰ ਯਾਦ ਕਰੀਏ ਤਾਂ ਫਿਰ ਕਿਹੜੇ ਵੇਲੇ ਯਾਦ ਕਰਾਂਗੇ ਤੇ ਕੀ ਬਾਕੀ ਸਮੇ ਤੇ ਭੁੱਲੇ ਰਹਿਾਂਗੇ ਇਹ ਤਾਂ ਗੁਰਮੁਖ ਸਾਸ ਸਾਸ ਹਰ ਧਿਆਵੈ ਗੁਰਮੁਖ ਸਗਲੀ ਗਣਤ ਮਟਾਵੈ ਗੁਰੂ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਭਾਈ ਹਰ ਸਵਾਸ ਦੇ ਨਾਲ ਪ੍ਰਭੂ ਪਰਮਾਤਮਾ ਦੀ ਯਾਦ ਅੰਦਰ ਟਿਕੀ ਰਹਿਣੀ ਚਾਹੀਦੀ ਹੈ ਉਹਨੂੰ ਕਦੇ ਵੀ ਭੁਲਾਉਣਾ ਨਹੀਂ ਹੈ ਉਹਦੇ ਨਿਯਮ ਨੂੰ ਸਦਾ ਯਾਦ ਰੱਖਣਾ ਹੈ ਤੇ ਇੱਥੇ ਤਾਂ ਗੁਰਮਖ ਰੋਮ ਰੋਮ ਹਰ ਧਿਆਵਿਆ ਵੀ ਲਿਖਿਆ ਹੋਇਆ ਹੈ ਤੇ ਆਪਣੇ ਰੋਮਾਂ ਦੇ ਰਾਹੀਂ ਧਿਆਵੇ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਭਾਵ ਹੈ ਕਿ ਉਹਨੂੰ ਕਦੀ ਵੀ ਭੁਲਾਵੇ ਨਾ ਹੁਣ ਇਹ ਜਿਹੜੀਆਂ ਅੰਮ੍ਰਿਤ ਵੇਲੇ ਦੀਆਂ ਗੱਲਾਂ ਨੇ ਕਦੀ ਸੋਚ ਕੇ ਵੇਖੋ ਕੀ ਕੋਈ ਸਮਾਂ ਮਾੜਾ ਹੋ ਸਕਦਾ ਹੈ ਜੇ ਅਸੀਂ ਮੰਨਦੇ ਹਾਂ ਕਿ ਰੱਬ ਨੇ ਸਾਰੇ ਦਿਨ ਬਣਾਏ ਨੇ ਤੇ ਰੱਬ ਨੇ ਤਾਂ ਕੋਈ ਮਾੜੇ ਦਿਨ ਨਹੀਂ ਬਣਾਏ ਜੇ ਮਾੜਾ ਦਿਨ ਬਣਾਇਆ ਤਾਂ ਫਿਰ ਰੱਬ ਚੰਗਾ ਕਿਵੇਂ ਹੋ ਗਿਆ ਇਹ ਤਾਂ ਪੁਜਾਰੀਆਂ ਦੀਆਂ ਕਾਢਾਂ ਨੇ ਸਮਾਂ ਟਾਈਮ ਜਾਂ ਦਿਨ ਮਹੀਨਾ ਮਹੂਰਤ ਇਹ ਪੁਜਾਰੀਆਂ ਨੇ ਸਾਨੂੰ ਆਪਣੇ ਜਾਲ 'ਚ ਪਾਉਣ ਵਾਸਤੇ ਖੜੇ ਗਏ ਨੇ ਹੁਣ ਅੰਮ੍ਰਿਤ ਵੇਲੇ ਦੀ ਜੇ ਗੱਲ ਲੈਣੀ ਹੈ ਤਾਂ ਜਦੋਂ ਭਾਰਤ ਦੇ ਵਿੱਚ ਅੰਮ੍ਰਿਤ ਵੇਲਾ ਹੁੰਦਾ ਹੈ ਅਮਰੀਕਾ ਤੇ ਕੈਨੇਡਾ ਦੇ ਵਿੱਚ ਉਦੋਂ ਸ਼ਾਮ ਹੁੰਦੀ ਹੈ ਉਹ ਤਾਂ ਉਦੋਂ ਰਹਿ ਰਾਸ ਦਾ ਪਾਠ ਕਰਨਗੇ ਫਿਰ ਇਹਦਾ ਕੀ ਕਰੀਏ ਹੁਣ ਉਹ ਧਰਤੀ ਦਾ ਦੂਜਾ ਪਾਸਾ ਚਲਾ ਗਿਆ ਜਦੋਂ ਇਹ ਗੱਲਾਂ ਪ੍ਰਚਾਰੀਆਂ ਗਈਆਂ ਨੇ ਉਦੋਂ ਇੰਨਾ ਗਿਆਨ ਹੀ ਨਹੀਂ ਸੀ ਹੁਣ ਕਈਆਂ ਲੋਕਾਂ ਦੀ ਰਾਤ ਨੂੰ ਡਿਊਟੀ ਹੁੰਦੀ ਹੈ ਉਹ ਆ ਕੇ ਸੌ ਜਾਣਗੇ ਆਰਾਮ ਕਰਨਗੇ ਤੇ ਫਿਰ ਉਹਨਾਂ ਦਾ ਅਮਰਤ ਵੇਲੇ ਤਾਂ ਸ਼ਾਮ ਨੂੰ ਹੋਵੇਗਾ ਕਿਉਂਕਿ ਸ਼ਾਮ ਨੂੰ ਸੁੱਤੇ ਉੱਠਣਗੇ ਤਿਆਰ ਹੋ ਕੇ ਫਿਰ ਰਾਤੀ ਡਿਊਟੀ ਤੇ ਚਲੇ ਜਾਣਗੇ ਗੱਲ ਸੀ ਕਿ ਆਪਣੀ ਜ਼ਿੰਦਗੀ ਚ ਗੁਰੂ ਸਾਹਿਬ ਦੇ ਦਸੇ ਨਿਯਮਾਂ ਨੂੰ ਲਾਗੂ ਕਰਨਾ ਉਹੀ ਸਾਡੇ ਵੇਲੇ ਅੰਮ੍ਰਿਤ ਵਰਗਾ ਹੈ ਪਵਿੱਤਰ ਹੈ ਇੱਥੇ ਤਾਂ ਗੁਰਬਾਣੀ ਚ ਵੇਲੇ ਨੂੰ ਜੇ ਅੰਮ੍ਰਿਤ ਆਖਿਆ ਤਾਂ ਦੁੱਧ ਨੂੰ ਵੀ ਅੰਮ੍ਰਿਤ ਬਹੁਤ ਥਾਈਂ ਆਖਿਆ ਹੈ ਮੀਨ ਨੂੰ ਵੀ ਅੰਮ੍ਰਿਤ ਆਖਿਆ ਚੰਗੇ ਜੀਵਨ ਨੂੰ ਵੀ ਅੰਮ੍ਰਿਤ ਵਰਗੇ ਆਖਿਆ ਤਾਂ ਇਸੇ ਤਰ੍ਹਾਂ ਮਿੱਠੀ ਜ਼ਬਾਨ ਨੂੰ ਵੀ ਅੰਮ੍ਰਿਤ ਆਖਿਆ ਇਹ ਅੰਮ੍ਰਿਤ ਸ਼ਬਦ ਚੰਗੀਆਂ ਚੀਜ਼ਾਂ ਵਾਸਤੇ ਬਹੁਤ ਥਾਈਂ ਵਰਤਿਆ ਸਾਨੂੰ ਮਿਲਦਾ ਹੈ ਆਮ ਵੀ ਜ਼ਿੰਦਗੀ ਚ ਆਪਾਂ ਇਹਦੀ ਵਰਤੋਂ ਬਹੁਤ ਕਰਦੇ ਹਾਂ ਅਮਰਤ ਵੇਲੇ ਜਾਗਣ ਦੀ ਜਿਹੜੀ ਗੱਲ ਹੈ ਪ੍ਰਚਾਰ ਹੋਇਆ ਉਦੋਂ ਸੀ ਕਿ ਸਵੇਰੇ ਸਾਜਰੇ ਉੱਠ ਕੇ ਆਪਣਾ ਤਿਆਰਬਾਰ ਹੋ ਕੇ ਕੰਮਾਂ ਤੇ ਜਾਣਾ ਹੈ ਜਾਂ ਸਫ਼ਰ ਤੇ ਜਾਣਾ ਹੈ ਕੁਝ ਵੀ ਕਰਨਾ ਹੈ ਜਲਦੀ ਉੱਠੋ ਇਸ਼ਨਾਨ ਕਰੋ ਤਿਆਰ ਹੋਵੋ ਜੋ ਕੰਮ ਕਰਨਾ ਹੈ ਉਹਦੇ ਵਾਸਤੇ ਭੋਜਨ ਪ੍ਰਸ਼ਾਦਾ ਛੱਕ ਕੇ ਜਾਂ ਨਾਲ ਲੈ ਕੇ ਉਹ ਤੁਸੀਂ ਆਪਣਾ ਆਰੰਭ ਕਰੋ ਜਿਹੜਾ ਵੀ ਕੰਮ ਆਰੰਭ ਕਰਨਾ ਹੈ ਗੱਲ ਤਾਂ ਇਹ ਸੀ ਕਿ ਮਨੁੱਖ ਨੇ ਆਲਸੀ ਨਹੀਂ ਬਣਨਾ ਇਹ ਨਹੀਂ ਹੈ ਕਿ ਲੰਮੇ ਸਮੇਂ ਤੱਕ ਸਵੇਰੇ ਉੱਠੇ ਹੀ ਨਾ ਸੁੱਤੇ ਹੀ ਪਿਆ ਰਹੇ ਤਾਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਵੇਗਾ ਇਸ ਭਾਵਨਾ ਨਾਲ ਸਵੇਰ ਵੇਲੇ ਜਲਦੀ ਉੱਠਿਆ ਜਾਵੇ ਤੇ ਫਿਰ ਆਪਣੇ ਸਾਰੇ ਕੰਮ ਸਮੇਂ ਸਿਰ ਇਨਸਾਨ ਨਿਬੇੜ ਸਕਦਾ ਹੈ ਤੇ ਸ਼ਾਮ ਨੂੰ ਸਮੇਂ ਸਿਰ ਘਰ ਆ ਸਕਦਾ ਹੈ ਆਰਾਮ ਕਰਨ ਦਾ ਮੌਕਾ ਮਿਲ ਸਕਦਾ ਹੈ ਜਦੋਂ ਆਰਾਮ ਕਰਨਾ ਹੈ ਉਦੋਂ ਜਾਗਦੇ ਰਹੋ ਤੇ ਜਦੋਂ ਜਾਗਣਾ ਹੈ ਉਦੋਂ ਸੁੱਤੇ ਰਹੋ ਇਹ ਟਾਈਮ ਟੇਬਲ ਸਾਰਾ ਫਿਰ ਖਰਾਬ ਹੋ ਜਾਂਦਾ ਅਜਿਹੇ ਇਨਸਾਨ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਕੋਈ ਸਮਾਂ ਬੁਰਾ ਨਹੀਂ ਕੋਈ ਸਮਾਂ ਸਪੈਸ਼ਲ ਚੰਗਾ ਨਹੀਂ ਸਾਰੇ ਸਮੇ ਬਰਾਬਰ ਨੇ ਵੇਖਣਾ ਅਸੀਂ ਹੈ ਕਿ ਉਸ ਸਮੇ ਦੀ ਅਸੀਂ ਜਾਇਜ਼ ਵਰਤੋਂ ਕੀਤੀ ਹੈ ਕਿ ਨਜਾਇਜ਼ ਵਰਤੋਂ ਕੀਤੀ ਹੈ ਉਸੇ ਸਮੇ ਤੇ ਚੋਰੀਆਂ ਠੱਗੀਆਂ ਡਾਕੇ ਵੀ ਹੋ ਸਕਦੇ ਨੇ ਐਕਸੀਡੈਂਟ ਵੀ ਹੋ ਸਕਦੇ ਨੇ ਕਤਲ ਵੀ ਹੋ ਸਕਦੇ ਨੇ ਉਸੇ ਸਮੇ ਤੇ ਪਰਉਪਕਾਰ ਵੀ ਹੋ ਸਕਦੇ ਨੇ ਚੰਗੇ ਕੰਮ ਵੀ ਹੋ ਸਕਦੇ ਨੇ ਸੋ ਇਹ ਚੋਣ ਤਾਂ ਮਨੁੱਖ ਨੇ ਕਰਨੀ ਹੈ ਸਮੇ ਨੂੰ ਚੰਗਾ ਮਾੜਾ ਆਪ ਬਣਾਉਣਾ ਹੈ ਭਾਵੇਂ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਸਮਾਂ ਚੰਗਾ ਹੈ ਜਦੋਂ ਮਾੜੇ ਕੰਮ ਕਰਦੇ ਆਂ ਸਮਾ ਮਾੜਾ ਤੋ ਸਮੇ ਨੂੰ ਦੋਸ ਨਾ ਦਿਓ ਆਪਣੇ ਆਪ ਨੂੰ ਦੋਸ ਦਿਓ ਭਾਵੇਂ ਸਵੇਰ ਹੈ ਭਾਵੇਂ ਸ਼ਾਮ ਚੰਗੇ ਇਨਸਾਨ ਬਣ ਕੇ ਸਮੇ ਦਾ ਫਾਇਦਾ ਉਠਾਈਏ ਸਵਾਲ ਨੰਬਰ 299 ਭਾਈ ਯੁਵਰਾਜ ਸਿੰਘ ਕੈਨੇਡਾ ਤੋਂ ਇਹਨਾਂ ਦਾ ਸਵਾਲ ਹੈ ਰਾਮ ਸ਼ਬਦ ਬਾਰੇ ਦੱਸੋ ਜੀ ਇਹ ਗੁਰਬਾਣੀ ਵਿੱਚ ਕਿਹਨਾ ਅਰਥਾਂ ਵਿੱਚ ਆਇਆ ਹੈ ਰੱਬ ਦੇ ਅਨੇਕਾ ਨਾਮ ਸੰਸਾਰ ਦੇ ਲੋਕਾਂ ਨੇ ਧਰੇ ਨੇ ਹਰ ਇੱਕ ਸਮਾਜ ਦਾ ਹਰ ਇੱਕ ਦੇਸ਼ ਦਾ ਹਰ ਇੱਕ ਧਰਮ ਦਾ ਰੱਬ ਬਾਰੇ ਅੱਡੋ ਅੱਡ ਨਜ਼ਰੀਆ ਹੈ ਅੱਡੋ ਅੱਡ ਉਹਦੇ ਨਾਮ ਨੇ ਅੱਡੋ ਅੱਡ ਕੰਮ ਕਰਨ ਦੇ ਤਰੀਕੇ ਨੇ ਰੱਬ ਕਿਵੇਂ ਹੋਇਆ ਕਿੱਥੋਂ ਆਇਆ ਕਦੋਂ ਤੋਂ ਆਇਆ ਇਹ ਵੀ ਸਾਰਿਆਂ ਦੇ મત ਭੇਦ ਨੇ ਆਪਸ ਦੇ ਵਿੱਚ ਸਾਰੀ ਦੁਨੀਆ ਦੇ ਲੋਕਾਂ ਦੀ ਰਾਇ ਨਹੀਂ ਮਿਲਦੀ ਤੇ ਇਸੇ ਤਰ੍ਹਾਂ ਰੱਬ ਦੇ ਨਾਮ ਵੀ ਆਪਣੇ ਵੱਲੋਂ ਜਿੰਨੇ ਕਿਸੇ ਨੂੰ ਚੰਗੇ ਲੱਗੇ ਉਹਦੇ ਨਾਮ ਧਰਲੇ ਗਏ ਨੇ ਕਿਤੇ ਅੱਲਾ ਕਿਤੇ ਖੁਦਾ ਕਿਤੇ ਗੌੜ ਕਿਤੇ ਬੀਠਲ ਕਿਤੇ ਗੋਬਿੰਦ ਕਿਤੇ ਮਾਧੋ ਕਿਤੇ ਰਾਮ ਇਹ ਬਹੁਤ ਸਾਰੇ ਨਾਮ ਰੱਬ ਦੇ ਰੱਖਲੇ ਗਏ ਨੇ ਤੇ ਅਸੀਂ ਅੱਜ ਵੀ ਦੇਖਦੇ ਹਾਂ ਕਿ ਗੁਰੂ ਸਾਹਿਬ ਗੁਰੂ ਨਾਨਕ ਜੀ ਬਹੁਤ ਮਸ਼ਹੂਰ ਹੋ ਗਏ ਤੇ ਉਹਨਾਂ ਦੇ ਨਾਮ ਨਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਧਰ ਲਏ ਨਾਨਕ ਚੰਦ ਜਾਂ ਨਾਨਕ ਸਿੰਘ ਅੱਜ ਕਿੰਨੇ ਸਾਰੇ ਲੋਕ ਨੇ ਗੋਬਿੰਦ ਸਿੰਘ ਬਹੁਤ ਮਸ਼ਹੂਰ ਨਾਮ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਾਰਨ ਉਹਨਾਂ ਦਾ ਸਤਕਾਰ ਸੀ ਤੇ ਉਹਨਾਂ ਦੇ ਕੀਤੇ ਕੰਮਾਂ ਦੀ ਲੋਕ ਕਦਰ ਕਰਦੇ ਸਨ ਇਸੇ ਤਰ੍ਹਾਂ ਲੋਕਾਂ ਨੇ ਆਪਣੇ ਬੱਚਿਆਂ ਦਾ ਨਾਮ ਗੋਬਿੰਦ ਸਿੰਘ ਰੱਖਣਾ ਸ਼ੁਰੂ ਕਰ ਦਿੱਤਾ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਨਾਮ ਪ੍ਰਚਲਿਤ ਹੈ ਉਹ ਸਿਕੰਦਰ ਦਾ ਹੋਇਆ ਹੈ ਤਕਰੀਬਨ 1 ਕਰੋੜ ਲੋਕਾਂ ਨੇ ਆਪਣੇ ਬੱਚਿਆਂ ਦਾ ਪਿਛਲੇ ਸਮੇਂ ਤੋਂ ਲੈ ਕੇ ਅੱਜ ਤੱਕ 1 ਕਰੋੜ ਇਨਸਾਨਾਂ ਦਾ ਨਾਮ ਸਿਕੰਦਰ ਤੇ ਨਾਮ ਟਿਕ ਚੁੱਕਿਆ ਹੋਇਆ ਕਿਉਂਕਿ ਉਹ ਦੁਨੀਆ ਦਾ ਜੇਤੂ ਬਾਦਸ਼ਾਹ ਸੀ ਲਗਭਗ ਅੱਜ ਤੋਂ 2.5 ਹਜ਼ਾਰ ਸਾਲ ਪਹਿਲਾਂ ਉਹਨੇ ਉਹ ਕੁਝ ਕਰ ਵਿਖਾਇਆ ਜਿਹੜਾ ਅੱਜ ਵੀ ਅਸੀਂ ਹੈਰਾਨ ਹੋ ਜੰਨੇ ਆ ਕਿ ਇੰਨੇ ਮੁਸ਼ਕਲਾਂ ਦੇ ਵਿੱਚੋਂ ਦੁਨੀਆ ਦਾ ਜੇਤੂ ਬਾਦਸ਼ਾਹ ਉਹ ਕਿਵੇਂ ਬਣ ਗਿਆ ਉਹਦਾ ਸੀ ਸਿਕੰਦਰ ਨਾਮ ਤੇ ਲੋਕਾਂ ਨੂੰ ਉਹ ਵੀ ਬਹੁਤ ਚੰਗਾ ਲੱਗਿਆ ਇਹਨੂੰ ਅਪਣਾ ਲਿਆ ਸੋ ਰੱਬ ਦਾ ਇੱਕ ਨਾਮ ਇਹ ਧਰ ਲਿਆ ਗਿਆ ਪਰ ਇਸ ਤੋਂ ਬਾਅਦ ਰੱਬ ਦੇ ਨਾਮ ਤੇ ਰਾਮਚੰਦਰ ਜੀ ਸੀਤਾ ਦੇ ਪਤੀ ਦਸ਼ਰਦ ਦੇ ਬੇਟੇ ਉਹਨਾਂ ਦਾ ਨਾਮ ਵੀ ਰਾਮ ਰੱਖਿਆ ਹੋਇਆ ਤੇ ਉਹਨਾਂ ਦਾ ਨਾਮ ਰੱਖਣ ਕਰਕੇ ਪ੍ਰਮਾਤਮਾ ਰਾਮ ਅਤੇ ਦਸ਼ਰਦ ਦਾ ਬੇਟਾ ਰਾਮ ਇਹਨਾਂ ਨੂੰ ਰਲਗੱਡ ਕਰ ਦਿੱਤਾ ਗਿਆ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਰੱਬ ਨੇ ਆਪ ਰਾਮਚੰਦਰ ਅਵਤਾਰ ਧਾਰਨ ਕੀਤਾ ਦਸ਼ਰਦ ਦਾ ਬੇਟਾ ਬਣ ਕੇ ਜੰਮਿਆ ਜਦੋਂ ਕਿ ਗੁਰਬਾਣੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਕਿ ਰੱਬ ਧਰਤੀ ਦੇ ਉੱਤੇ ਆਉਂਦਾ ਪਰ ਉਹਨਾਂ ਨੇ ਇਸ ਤਰ੍ਹਾਂ ਦੀ ਉਹਨਾਂ ਦੀ માનਤਾ ਹੈ ਤੇ ਹੋਰ ਵੀ ਬਹੁਤ ਸਾਰੇ ਆਰਾਮ ਕਿਤੇ 16 અવਤਾਰ ਕਿਤੇ 24 અવਤਾਰ ਕਿਤੇ ਚਾਰ ਕਲਾਂ ਦਾ અવਤਾਰ ਕਿਤੇ ਅੱਠ ਕਲਾਂ ਦਾ અવਤਾਰ 10 ਕਲਾਂ ਦਾ અવਤਾਰ 12 ਕਲਾਂ ਦਾ અવਤਾਰ 16 ਕਲਾਂ ਸੰਪੂਰਨ અવਤਾਰ ਬੜੇ ਤਰ੍ਹਾਂ ਦੇ અવਤਾਰ ਪੁਜਾਰੀਆਂ ਨੇ ਆਪਣੀਆਂ ਕਿਤਾਬਾਂ ਅਤੇ ਪ੍ਰਚਾਰ ਦੇ ਰਾਹੀਂ ਲੋਕਾਂ ਦੇ ਮੱਥੇ ਮੜੇ ਨੇ ਅਜਿਹਾ ਕੋਈ ਰੱਬ ਧਰਤੀ ਦੇ ਉੱਤੇ ਜਨਮ ਲੈ ਕੇ ਨਹੀਂ ਆਉਂਦਾ ਜੇ ਰੱਬ ਇਹੋ ਜਿਹਾ ਕਿਤੇ ਬੈਠਾ ਹੈ ਤਾਂ ਧਰਤੀ ਦੇ ਉੱਤੇ ਕਦੇ ਜ਼ੁਲਮ ਹੋਣ ਹੀ ਨਾ ਦੇਵੇ ਤੇ ਜੇ ਕੋਈ ਫਿਰ ਵੀ ਨਹੀਂ ਹਟਦਾ ਤੇ ਧਰਤੀ ਦੇ ਉੱਤੇ ਆਪ ਹੀ ਆ ਕੇ ਲੋਕਾਂ ਦੇ ਗੁਲਾਮੇ ਚ ਹੱਥ ਪਾ ਲਵੇ ਕਿ ਭਾਈ ਤੁਸੀਂ ਮਾੜੇ ਕੰਮ ਕਿਉਂ ਕਰੀ ਜਾਂਦੇ ਹੋ ਤੇ ਇਹੀ ਜੀ ਕੋਈ ਗੱਲ ਨਹੀਂ ਹੈ ਮਨੁੱਖ ਨੇ ਧਰਤੀ ਦੇ ਉੱਤੇ ਆਪ ਸਾਰੇ ਕੰਮ ਕਰਨੇ ਨੇ ਤੇ ਗੁਰਬਾਣੀ ਸਾਨੂੰ ਕਹਿ ਰਹੀ ਹੈ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂ ਗਤ ਪਾਈ ਭਾਈ ਅਸੀਂ ਤਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਆ ਜਿਨੇ ਸਾਰਿਆਂ ਦਾ ਭਲਾ ਕੀਤਾ ਹੈ ਮੁਸ਼ਕਲਾਂ ਦੇ ਵਿੱਚ ਮਦਦ ਕੀਤੀ ਮੰਨਿਆ ਜਾਂਦਾ ਹੈ ਆਰਾਮ ਸਿਮਰ ਆਰਾਮ ਸਿਮਰ ਆਰਾਮ ਸਿਮਰ ਭਾਈ ਆਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਭਾਈ ਆਰਾਮ ਨੂੰ ਸਦਾ ਯਾਦ ਰੱਖਿਆ ਕਰੋ ਤੇ ਜਿਹੜਾ ਦੂਜਾ ਆਰਾਮ ਹੈ ਉਹ ਤਾਂ ਆਰਾਮ ગયો ਰਾਵਣ ગયો ਜਾਂ ਕੋ ਬਹੁ ਪਰਿਵਾਰ ਕਉ ਨਾਨਕ ਫਿਰ ਕੁਛ ਨਹੀਂ ਸੁਪਨੇ ਜਿਉ ਸੰਸਾਰ ਜਿਹੜਾ ਉਹ ਦਸ਼ਰਦ ਦਾ ਬੇਟਾ ਰਾਮ ਸੀ ਉਹ ਤਾਂ ਸਮੇਸਤ ਜਨਮ ਲਿਆ ਜਿੰਨਾ ਉਮਰ ਮਿਲੀ ਸੀ ਉਹ ਭੋਗ ਕੇ ਕੁਝ ਕੰਮ ਕਰਕੇ ਉਹ ਸੰਸਾਰ ਤੋਂ ਵਿਦਾ ਹੋ ਗਿਆ ਉਹ ਇੱਕ ਆਮ ਇਨਸਾਨ ਸੀ ਤੇ Hindu ਸਮਾਜ ਦੇ ਵਿੱਚ ਉਹਨੂੰ ਰਾਜਾ ਵੀ ਮੰਨਿਆ ਉਹਨੂੰ ਅਵਤਾਰ ਵੀ ਮੰਨਿਆ ਪਰ ਹੈ ਤੇ ਇਨਸਾਨ ਸੀ ਤੇ ਸਮੇਂ ਦੇ ਮੁਤਾਬਕ ਉਹ ਇਥੋਂ ਵਿਦਾ ਹੋ ਗਿਆ ਤੇ ਜਿਹੜਾ ਰੱਬ ਰਾਮ ਹੈ ਉਹ ਨਾ ਜਨਮ ਲੈਂਦਾ ਨਾ ਮਰਦਾ ਇਸੇ ਤਰ੍ਹਾਂ ਲੋਕਾਂ ਨੇ ਕਈ ਤਰ੍ਹਾਂ ਦੇ ਰੱਬਾਂ ਦੇ ਨਾਮ ਧਰ ਕੇ ਉਹਦੀ ਪੂਜਾ ਉਹਦੀ ਮੰਨਤਾ ਉਹਦਾ ਸਿਮਰਨ ਇਹ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਵਿੱਚ ਅਜਿਹੀ ਕਿਸੇ ਗੱਲ ਨੂੰ ਮੰਨਤਾ ਨਹੀਂ ਹੈ RAM ਸ਼ਬਦ ਦੀ ਵਰਤੋਂ ਗੁਰਬਾਣੀ 'ਚ 2100 ਵਾਰੀ ਹੋਈ ਹੈ ਭਾਵ ਕੇ 2100 ਵਾਰੀ RAM ਸ਼ਬਦ ਗੁਰਬਾਣੀ 'ਚ ਆਇਆ ਹੈ ਇਹ ਰੱਬ ਬਾਰੇ ਆਇਆ ਹੈ ਤੇ ਥੋੜੇ ਜਿਹੇ ਜਿਹੜੇ ਨਾਮ ਨੇ ਉਹ ਦਸ਼ਰਤ ਦੇ ਨਾਲ ਸੰਬੰਧਿਤ ਜਿਹੜਾ ਉਹਦਾ ਬੇਟਾ ਹੈ ਉਹਦੇ ਬਾਰੇ ਆਏ ਨੇ ਪਾਂਡੇ ਤੁਮਰਾ रामचंद्र ਸੋ ਵੀ ਆਬਦ ਦੇਖਿਆ ਥਾ ਰਾਵਣ ਛੇਤੀ ਸਰਬਰ ਹੋਈ ਘਰ ਕੀ ਜੋਈ ਗਮਾਈ ਥੀ ਇਸ ਤਰ੍ਹਾਂ ਉਸ ਰਾਮ ਦਾ ਜ਼ਿਕਰ ਵੀ ਹੈਗਾ ਉਹਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ ਗੁਰਬਾਣੀ ਨੇ ਇੱਕ ਰਗ ਰਗ ਦੇ ਵਿੱਚ ਕਣ ਕਣ ਦੇ ਵਿੱਚ ਜਰੇ-ਜਰੇ ਦੇ ਵਿੱਚ ਰਮਿਆ ਹੋਇਆ RAM ਮਹ RAM ਤੋਂ ਭਾਵ ਹੈ ਰਮਿਆ ਹੋਇਆ ਜ਼ਰੇ-ਜ਼ਰੇ ਦੇ ਵਿੱਚ ਸਮਾਇਆ ਹੋਇਆ ਉਹਦਾ ਨਿਜਮ ਉਹਨੂੰ ਰਾਮ ਕਿਹਾ ਗਿਆ ਗੁਰਬਾਣੀ ਦੇ ਵਿੱਚ ਬਾਕੀ ਦੂਜਾ ਰਾਮ ਹੈ ਉਹਨੇ ਜਨਮ ਲੈ ਕੇ ਉਹ ਸੰਸਾਰ ਤੋਂ ਚਲਾ ਗਿਆ ਅਸੀਂ ਉਸ ਰਾਮ ਨੂੰ ਮੰਨਣ ਵਾਲੇ ਆ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ ਜਿਹੜਾ ਕਣ-ਕਣ ਦੇ ਵਿੱਚ ਰਮਿਆ ਹੋਇਆ ਹੈ ਸਵਾਲ ਨੰਬਰ 290 ਬੀਬੀ ਬਲਜੀਤ ਕੌਰ ਮੁਹਾਲੀ ਤੋਂ ਇਹਨਾਂ ਦਾ ਸਵਾਲ ਹੈ ਕਿ ਕਿਹਾ ਜਾਂਦਾ ਹੈ ਕਿ ਦੀਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ ਤੇ ਫਿਰ ਵੀ ਸਿੱਖ ਇਹ ਤਿਉਹਾਰ ਮਨਾਉਂਦੇ ਹਨ ਕੀ ਇਹ ਸਿੱਖਾਂ ਨੂੰ ਮਨਾਉਣਾ ਚਾਹੀਦਾ ਹੈ ਇੱਥੇ ਇਹ ਜ਼ਰੂਰ ਬੇਨਤੀ ਹੈ ਖੁਸ਼ੀ ਮਨਾਉਣ ਵਾਸਤੇ ਬਹੁਤ ਸਾਰੇ ਤਿਹਾਰ ਮਨਾਏ ਜਾ ਸਕਦੇ ਨੇ ਪਰ ਜਿਵੇਂ ਰੁਪਏ ਨੂੰ ਪੈਸੇ ਨੂੰ ਅੱਗ ਲਾ ਕੇ ਇਹ ਤਿਹਾਰ ਮਨਾਇਆ ਜਾਂਦਾ ਹੈ ਇਹਦੇ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਇੱਕ ਤਾਂ ਇਹਦੇ ਨਾਲ ਸਾਡੇ ਪੈਸੇ ਦਾ ਨਾਸ਼ ਹੁੰਦਾ ਹੈ ਦੂਜਾ ਪ੍ਰਦੂਸ਼ਣ ਬਹੁਤ ਫੈਲਦਾ ਹੈ ਤੇ ਕਈਆਂ ਥਾਵਾਂ ਤੇ ਅੱਗਾਂ ਲੱਗਦੀਆਂ ਨੇ ਦੁਰਘਟਨਾ ਵੀ ਵਾਪਰ ਜਾਂਦੀਆਂ ਨੇ ਸਾਡੀ ਤਾਂ ਹਾਲਤ ਇੰਨੀ ਨਿਗਰ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੇ ਵਿੱਚ 40 40 50 50 ਲੱਖ ਦੀ ਅਤਿਸ਼ਬਾਜੀ ਫੂਕ ਦਿੰਦੀ ਹੈ ਦੀਵਾਲੀ ਨੂੰ ਮਨਾਉਣ ਵਾਸਤੇ ਉਥੇ ਲਾਈਟਾਂ ਲਾਉਣੀਆਂ ਤੇ ਹੋਰ ਬਹੁਤ ਕੁਝ ਕਰਨਾ ਹੈ ਉਹ ਤਾਂ ਅਲੱਗ ਹੈ 40-40 ਲੱਖ ਰੁਪਏ ਦੀ ਆਤਿਸ਼ਬਾਜੀ ਫੂਕ ਦਿੱਤੀ ਜਾਂਦੀ ਹੈ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਫਿਰ ਕਈ-ਕਈ ਦਿਨ ਸਰੋਵਰ ਨੂੰ ਸਾਫ਼ ਕਰਦੇ ਰਹਿੰਦੇ ਨੇ ਕਿਉਂਕਿ ਉਹ ਦੀਵਾਲੀ ਦੇ ਪਟਾਕੇ ਅਤੇ ਹੋਰ ਗੋਲਾ ਬਰੂਦ ਡਿੱਗ ਕੇ ਉਹ ਸਰੋਵਰ ਗੰਦਾ ਹੋ ਜਾਂਦਾ ਹੈ ਜਿਹੜਾ ਫਰਸ਼ ਗੰਦਾ ਹੋ ਜਾਂਦਾ ਹੈ ਉਹਨੂੰ ਸਾਫ਼ ਕਰਨ ਤੇ ਫਿਰ ਕਈ-ਕਈ ਦਿਨ ਸੇਵਾਦਾਰ ਰਗੜੇ ਲਾਈ ਜਾਂਦੇ ਨੇ ਜਾਲੀਆਂ ਨਾਲ ਸਰੋਵਰ ਦੇ ਪਾਣੀ ਚੋਂ ਉਹ ਸਾਰਾ ਕੋ ਕੱਢੀ ਜਾਂਦੇ ਨੇ ਇਹ ਸਾਡੀ ਸ਼੍ਰੋਮਣੀ ਕਮੇਟੀ ਜਿਹਨੂੰ ਕਹਿੰਦੇ ਆ ਸੰਗਤਾਂ ਦਾ ਦਾਨ ਕੀਤਾ ਭੇਟਾ ਦਿੱਤੀ ਪੈਸਾ ਟੱਕਾ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਗੁਰੂ ਦੇ ਨਿਮਿੱਤ ਦੇ ਦਿੱਤਾ ਗਿਆ ਤੇ ਉਹਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ ਕੀ ਉਹ ਪੈਸਾ ਲੋੜਵੰਦਾਂ ਦੀਆਂ ਲੋੜਾਂ ਵਾਸਤੇ ਖਰਚ ਨਹੀਂ ਕੀਤਾ ਜਾ ਸਕਦਾ ਪਰ ਨਹੀਂ ਇਸ ਪਾਸੇ ਧਿਆਨ ਨਹੀਂ ਹੈ ਬਹੁਤ ਹੋਰ ਗੁਰਦੁਆਰਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਪੈਸੇ ਨੂੰ ਅੱਗ ਲਾਈ ਜਾ ਰਹੀ ਹੈ ਵਿਦੇਸ਼ਾਂ ਦੇ ਵਿੱਚ ਵੀ ਸਰਕਾਰਾਂ ਤੋਂ ਅਜਾਇਤ ਲੈ ਕੇ ਦੀਵਾਲੀ ਮਨਾਈ ਜਾਂਦੀ ਹੈ ਪਰ ਉਹਨਾਂ ਨੂੰ ਦੀਵਾਲੀ ਮਨਾਉਣ ਵਾਸਤੇ ਆਬਾਦੀ ਤੋਂ ਦੂਰ ਜਾਣਾ ਪੈਂਦਾ ਹੈ ਜੰਗਲ ਦੇ ਵਿੱਚ ਜਾ ਕੇ ਫਾਇਰ ਬਰਗੇਡ ਵਾਲੇ ਗਰੁੱਪ ਨੂੰ ਮੁਲਾਜ਼ਮਾਂ ਨੂੰ ਨਾਲ ਲਿਜਾ ਕੇ ਉੱਥੇ ਉਹ ਆਪਣੀ ਅਤਿਸ਼ਵਾਜੀ ਨੂੰ ਅੱਗ ਲਾ ਕੇ ਤਮਾਸ਼ਾ ਵੇਖਦੇ ਨੇ ਪਰ ਫਿਰ ਵੀ ਉਹ ਬੇਅੰਤ ਪੈਸਾ ਦੀਵਾਲੀ ਤੇ ਅੱਗ ਲਾ ਕੇ ਫੂਕ ਦਿੰਦੇ ਨੇ, ਰੋੜ ਦਿੰਦੇ ਨੇ। ਵਿਦੇਸ਼ਾਂ ਦੇ ਵਿੱਚ ਵੀ ਇਹੋ ਕੋਈ ਚੱਲ ਰਿਹਾ ਹੈ। ਸਾਡੀ ਅਕਲ ਕਿੱਥੇ ਖਲੋਤੀ ਹੈ? ਹੋਰ ਬਹੁਤ ਢੰਗ ਨੇ ਖੁਸ਼ੀਆਂ ਮਨਾਉਣ ਦੇ ਪਰ ਪੈਸੇ ਨੂੰ ਅੱਗ ਲਾਉਣ ਤੋਂ ਬਚਿਆ ਜਾਵੇ। ਇਹ ਪੈਸਾ ਬਚਾ ਕੇ ਲੋੜਵੰਦਾਂ ਦੀਆਂ ਲੋੜਾਂ ਵਾਸਤੇ ਲਾਇਆ ਜਾਵੇ। ਦੀਵਾਲੀ ਦਾ ਸਿੱਖ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ। ਗੁਰੂ ਛੇਵੇਂ ਪਾਤਸ਼ਾਹ ਇਸ ਦਿਨ ਜਿਹਨੂੰ ਦੀਵਾਲੀ ਕਰਕੇ ਆਖਿਆ ਜਾਂਦਾ ਹੈ, ਅੰਮ੍ਰਿਤਸਰ ਨਹੀਂ ਆਏ। ਇਹ ਝੂਠ ਬੋਲਿਆ ਗਿਆ ਤੇ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਦੀ ਇੱਕ ਪੌੜੀ ਦੀ ਗਲਤ ਵਰਤੋਂ ਕਰਕੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਕਹਿ ਕੇ ਆ ਦੇਖੋ ਜੀ ਭਾਈ ਗੁਰਦਾਸ ਨੇ ਲਿਖਿਆ ਉਸ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਇਹ ਲਿਖਿਆ ਹੋਇਆ ਹੈ ਕਿ ਕੁਝ ਸਮੇਂ ਵਾਸਤੇ ਤੁਸੀਂ ਦੀਵੇ ਬਾਲਦੇ ਹੋ ਦੀਵੇ ਬੁੱਝ ਜਾਂਦੇ ਨੇ ਤੇ ਫਿਰ ਹਨੇਰਾ ਹੋ ਜਾਂਦਾ ਫਿਰ ਦੀਵੇ ਬਾਲਣ ਦਾ ਫਾਇਦਾ ਕੀ ਹੋਇਆ ਇਸੇ ਤਰ੍ਹਾਂ ਫੁੱਲਾਂ ਦੀ ਬਾਗਾਂ ਤੇ ਚੁਣ-ਚੁਣ ਚਾਲੀਆਂ ਨ ਤੁਸੀਂ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਹੋ ਕੁਝ ਸਮੇਂ ਤੋਂ ਬਾਅਦ ਮੁਰਝਾ ਜਾਂਦੇ ਨੇ ਫਿਰ ਕੀ ਕਰੋਗੇ ਇਸੇ ਤਰ੍ਹਾਂ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਆਕਾਸ਼ ਦੇ ਵਿੱਚ ਤਾਰੇ ਚੜ੍ਹਦੇ ਨੇ ਤੇ ਸਵੇਰਾ ਹੁੰਦਾ ਤਾਰੇ ਛੁੱਪ ਜਾਂਦੇ ਨੇ ਖਤਮ ਹੋ ਜਾਂਦੇ ਨੇ ਨਹੀਂ ਦਿਸਦੇ ਫਿਰ ਕੀ ਫਾਇਦਾ ਹੋਇਆ ਇਸੇ ਤਰ੍ਹਾਂ ਬਹੁਤ ਸਾਰਾ ਉਹਨਾਂ ਨੇ ਹਵਾਲੇ ਦੇ ਦੇ ਕਿ ਇਹ ਆਖਿਆ ਕਿ ਜਿਵੇਂ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਕੁਝ ਸਮੇਂ ਵਾਸਤੇ ਪ੍ਰਗਟ ਹੁੰਦੀਆਂ ਨੇ ਤੇ ਅਲੋਪ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵਾਲੀ ਨੂੰ ਲੋਕੀ ਦੀਵੇ ਬਾਲਦੇ ਨੇ ਤੇ ਦੀਵੇ ਬੁੱਝ ਜਾਂਦੇ ਨੇ ਫਿਰ ਹਨੇਰਾ ਹੋ ਜਾਂਦਾ ਤੇ ਅਸਲ ਫਿਰ ਗੱਲ ਕੀ ਹੈ ਗੁਰਮਖ ਸੁਖ ਫਲਦਾਇਤ ਸ਼ਬਦ ਸੰਭਾਲੀਣ ਆ ਆਖਰੀ ਪੰਗਤੀ ਸਾਰੇ ਕੀਰਤਨੀਏ ਸਾਰੇ ਪ੍ਰਚਾਰਕ ਭੁਲਾ ਦਿੰਦੇ ਨੇ ਇਹਨੂੰ ਮੁੱਖ ਰੱਖ ਕੇ ਨਹੀਂ ਦੱਸਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਹੈ ਇਹ ਤੁਹਾਡੇ ਅੰਦਰ ਚਾਨਣਾ ਕਰੇਗਾ ਤੁਹਾਨੂੰ ਇਹ ਗਿਆਨ ਦੇਵੇਗਾ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਅਸਲੀ ਖੁਸ਼ੀਆਂ ਮਿਲਣਗੀਆਂ ਜਦੋਂ ਤੁਸੀਂ ਅਕਲਵੰਦ ਬਣ ਜਾਓਗੇ ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਏਨ ਇਹ ਸ਼ਬਦ ਦੀ ਵਿੱਦਿਆ ਦੀ ਗਿਆਨ ਦੀ ਸੰਭਾਲ ਕਰੋ ਆਪ ਵੀ ਗਿਆਨਬਾਨ ਬਣੋ ਆਪਣੇ ਸਮਾਜ ਨੂੰ ਵੀ ਪਰਿਵਾਰ ਨੂੰ ਵੀ ਗਿਆਨਬਾਨ ਬਣਾਓ ਮੈਂ ਤਾਂ ਇਹ ਵੀ ਨੋਟ ਕੀਤੇ ਹੋਏ ਨੇ ਨੁਕਤੇ ਅਖਬਾਰਾਂ ਦੇ ਵਿੱਚੋਂ ਸਮੇਂ-ਸਮੇਂ ਤੇ ਮੈਂ ਕਰਦਾ ਰਹਿਣਾ ਕਈ-ਕਈ ਕਰੋੜ ਰੁਪਈਆ ਇੱਕ-ਇੱਕ ਸ਼ਹਿਰ ਦੇ ਵਿੱਚ ਦੀਵਾਲੀ ਨੂੰ ਆਤਸ਼ਬਾਜੀ ਆਦਿਕ ਤੇ ਅੱਗ ਲਾ ਕੇ ਫੂਕ ਦਿੱਤਾ ਜਾਂਦਾ ਹੈ ਕੱਲੇ ਲੁਧਿਆਣੇ ਦਾ ਅੱਜ ਤੋਂ 10 ਸਾਲ ਪਹਿਲਾਂ ਦੀ ਮੈਂ ਅਖਬਾਰਾਂ 'ਚੋਂ ਨੋਟ ਕੀਤਾ ਸੀ ਕਿ ਕੱਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਦੀਵਾਲੀ ਨੂੰ 26 ਕਰੋੜ ਰੁਪਈਆ ਅੱਗ ਲਾ ਕੇ ਫੂਕ ਦਿੱਤਾ ਗਿਆ ਭਾਵ ਕਿ ਇੰਨੇ ਪਟਾਕੇ ਵਿਕ ਗਏ ਉਹਨਾਂ ਨੇ ਉਹ ਵਿਕੇ ਗਏ ਪਟਾਕਿਆਂ ਦਾ ਅੰਦਾਜ਼ਾ ਲਾਇਆ ਸੀ ਤੇ ਪੰਜਾਬ ਦੇ ਵਿੱਚ ਹੋਰ ਵੀ ਜ਼ਿਲ੍ਹੇ ਨੇ ਭਾਰਤ ਦੇ ਵਿੱਚ ਹੋਰ ਵੀ ਸੂਬੇ ਨੇ ਬਹੁਤ ਵੱਡੇ ਪੈਮਾਨੇ ਤੇ ਅੱਤਿਚਬਾਜ਼ੀਆਂ ਵਰਤੀਆਂ ਜਾਂਦੀਆਂ ਨੇ ਇਹਦੇ ਤੋਂ ਇਲਾਵਾ ਦੁਨੀਆਂ ਨੂੰ ਤੋਹਫੇ ਦੇਣੇ ਮਠਾਈਆਂ ਦੇ ਡੱਬੇ ਦੇਣੇ ਤੇ ਹੋਰ ਕਈ ਮਹਿੰਗੀਆਂ ਚੀਜ਼ਾਂ ਦੇਣੀਆਂ ਇਉਂ ਦੌੜ ਲੱਗੀ ਹੁੰਦੀ ਹੈ ਜਿਵੇਂ ਬਸ ਇਹੋ ਹੀ ਇੱਕ ਦਿਨ ਆਇਆ ਤੇ ਬਾਕੀ ਤਾਂ ਕੱਲ ਨੂੰ ਸ਼ਾਇਦ ਦੁਨੀਆਂ ਤਬਾਈ ਹੋ ਜਾਣੀ ਹੈ ਹੁਣੀ ਸਾਰਾ ਕੁਝ ਖਰਚ ਲਓ ਖੁਸ਼ੀਆਂ ਮਨਾ ਲਓ ਫਿਰ ਤਾਂ ਕੁਝ ਨਹੀਂ ਲੱਭਣਾ ਉਂਝ ਅਸੀਂ ਦੇਖਦੇ ਹਾਂ ਕਿ ਤਕਰੀਬਨ ਭਾਰਤ ਦੇ ਵਿੱਚ 40 ਕਰੋੜ ਉਹ ਲੋਕ ਨੇ ਜਿਨ੍ਹਾਂ ਨੂੰ ਲੋੜੀਂਦਾ ਅੰਨ ਆਦਿਕ ਨਹੀਂ ਮਿਲਦਾ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਰਹਿੰਦੇ ਨੇ 40 ਕਰੋੜ ਲੋਕ ਇਹ ਕਹਿ ਲਈਏ ਭੁੱਖੇ ਮਰਦੇ ਨੇ ਤੇ ਅਸੀਂ ਪੈਸੇ ਨੂੰ ਅੱਗ ਲਾ ਕੇ ਫੂਕ ਰਹੇ ਆ ਇਹ ਮੇਰੇ ਭਾਰਤ ਦੇ ਲੋਕਾਂ ਦੀ ਹਾਲਤ ਹੈ ਗੁਰੂ ਪਿਆਰ ਵਾਲਿਓ ਇਸ ਦੀਵਾਲੀ ਨੂੰ ਛੇਵੇਂ ਪਾਤਸ਼ਾਹ ਨਾਲ ਜੋੜ ਕੇ ਮਨਾਉਣ ਦਾ ਕੋਈ ਮਕਸਦ ਨਹੀਂ ਖੁਸ਼ੀ ਮਨਾਉਣ ਦੇ ਢੰਗ ਬਹੁਤ ਨੇ ਪਰ ਸੁਲਝੇ ਹੋਏ ਤਰੀਕੇ ਹੋਣ ਖੁਸ਼ੀਆਂ ਜ਼ਰੂਰ ਮਨਾਓ ਪਰ ਪੈਸਿਆਂ ਨੂੰ ਅੱਗ ਲਾ ਕੇ ਨਹੀਂ ਕਿਤੇ ਸਾਰਥਕ ਤਰੀਕੇ ਨਾਲ ਕਿ ਤੁਸੀਂ ਕਿਹੜੇ ਦੀ ਲੋੜ ਪੂਰੀ ਕਰਨੀ ਹੈ ਕਿਵੇਂ ਕਰਨੀ ਹੈ ਕਦੋਂ ਕਰਨੀ ਹੈ ਇਹ ਤੁਹਾਨੂੰ ਪੂਰੀ ਤਰ੍ਹਾਂ ਪਲਾਨਿੰਗ ਬਣਾ ਕੇ ਕੰਮ ਕਰਨੇ ਚਾਹੀਦੇ ਨੇ ਤਾਂ ਕਿ ਸਾਡੀ ਕਮਾਈ ਇਹ ਬਰਬਾਦ ਨਾ ਹੋਵੇ ਤੇ ਅੱਜ ਦਸਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦਾਸ ਨੇ ਦੇਣ ਦਾ ਯਤਨ ਕੀਤਾ ਇਹ ਜਿਹੜਾ ਭਾਗ ਨੰਬਰ 28 ਤੁਹਾਡੇ ਸਾਹਮਣੇ ਰੱਖਿਆ ਤਤ ਗੁਰਮਤ ਗਿਆਨ ਟੀਵੀ YouTube ਤੇ ਤੁਸੀਂ ਉਹਦੇ ਰਾਹੀਂ ਇਹ ਸੁਣਦੇ ਹੋ ਵੇਖਦੇ ਹੋ ਅਤੇ ਮੈਂ ਆਪਣੀ ਫੇਸਬੁੱਕ ਤੇ ਵੀ ਇਹਨਾਂ ਨੂੰ ਪਾ ਦਨਾ ਉਥੋਂ ਵੀ ਬਹੁਤ ਸਾਰੇ ਸੰਗਤਾਂ ਵੇਖਦੀਆਂ ਸੁਣਦੀਆਂ ਨੇ ਤੇ ਉਮੀਦ ਹੈ ਤੁਸੀਂ ਇਸੇ ਤਰ੍ਹਾਂ ਦਿਲਚਸਪੀ ਨਾਲ ਗੁਰਮਤਿ ਨੂੰ ਜਾਣਨ ਵਾਸਤੇ ਇਹਨੂੰ ਸੁਣੋਗੇ ਤੇ ਇਹਦੇ ਤੇ ਵਿਚਾਰ ਪ੍ਰਗਟ ਕਰੋਗੇ ਸਵਾਲ ਪੁੱਛੋਗੇ ਸਾਨੂੰ ਖੁਸ਼ੀ ਹੋਵੇਗੀ ਇਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਹੋਈਆਂ ਭੁੱਲਾਂ ਲਈ ਖਿਮਾ ਦੇ ਜਾਚਕਾਂ ਇੱਕ ਵਾਰੀ ਸਾਰੇ ਫਿਰ ਫਤੇ ਦੀ ਸਾਂਝ ਕਰੀਏ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ